ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਪੀਐਸਟ ਜਾਂ ਸੀਟੈਟ ਦੇ ਪੇਪਰ ਦੀ ਤਿਆਰੀ ਵਧੀਆ ਜਾਰੀ ਹੋਏਗੀ ਸੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕੰਟੀਨਿਊ ਕਰਾਂਗੇ ਜੀ ਆਪਣਾ ਮੈਥਮੈਟਿਕਸ ਦਾ ਪੋਰਸ਼ਨ ਸੋ ਇਸ ਪੋਰਸ਼ਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਜੋ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਹੈ ਕਿਉਂਕਿ ਪੇਪਰ ਦੀ ਡੇਟ ਹੁਣ ਅਨਾਉਂਸ ਹੋ ਚੁੱਕੀ ਹੈ 1 ਦਸੰਬਰ ਉਹ ਆਪਾਂ ਕੋਰਸ ਚਾਹੀਏ ਪੇਪਰ 1 ਹੋਵੇ ਚਾਹੀਏ ਪੇਪਰ 2 ਹੋਵੇ ਉਹ ਆਪਾਂ ਕੰਪਲੀਟ ਕਰ ਚੁੱਕੇ ਹਾਂ ਜੀ 38 ਵੀਡੀਓਜ਼ ਦੇ ਵਿੱਚ ਤੋ 38 ਵੀਡੀਓ ਦੇ ਵਿੱਚ ਅਸੀਂ ਥਿਉਰੀ ਐਂਡ ਐਮਸੀਕਿਊ ਕਵਰ ਕੀਤੇ ਨੇ ਇਸ ਤੋਂ ਇਲਾਵਾ ਸਪੈਸ਼ਲ ਐਮਸੀਕਿਊ ਦੀ ਵੀ ਆਪਣੀਆਂ 2 ਤੋਂ 3 ਕਲਾਸਿਸ ਹੋ ਚੁੱਕੀਆਂ ਨੇ ਅਤੇ ਜਿਵੇਂ ਜਿਵੇਂ ਐਗਜ਼ਾਮ ਆਪਣਾ ਨੇੜੇ ਹੁੰਦਾ ਜਾਊਗਾ ਤਾਂ ਉਹ ਐਮਸੀਕਿਊ ਦੀ ਜੋ ਸਪੀਡ ਹੈ ਆਪਣੀ ਜਿਆਦਾ ਹੁੰਦੀ ਜਾਊਗੀ ਸੋ ਅਗਰ ਤੁਸੀਂ ਸੀਡੀਪੀ ਦਾ ਪ੍ਰੋਪਰ ਕੰਪਲੀਟ ਕੋਰਸ ਨਹੀਂ ਦੇਖਿਆ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਜਾਂ ਵੀਡੀਓਜ਼ ਦਾ ਲਿੰਕ ਆ ਰਿਹਾ ਹੋਊਗਾ ਕਿਉਂਕਿ ਇਹ ਮੰਨ ਕੇ ਨਾ ਚੱਲੋ ਕਿ ਇਹ ਸੀਡੀਪੀ ਦੇ ਤੁਹਾਡੇ ਸਿਰਫ 30 ਨੰਬਰ ਹੀ ਮੈਂ ਕਵਰ ਕਰਵਾਏ ਨੇ ਇਹ ਮੰਨੋ ਕਿ ਅਗਰ ਸਬਜੈਕਟ ਪੈਡਾਗੋਜੀ ਅਤੇ ਸੀਡੀਪੀ ਮਿਲਾ ਕੇ ਮੰਨ ਲਓ ਪੇਪਰ ਜਿਹੜਾ ਤੁਹਾਡਾ 70 ਨੰਬਰ ਦਾ ਆਉਂਦਾ ਹੈਗਾ ਤਾਂ ਉਹ ਜੋ ਬਾਕੀ 20 ਨੰਬਰ ਨੇ ਸਬਜੈਕਟ ਪੈਡਾਗੋਜੀ ਦੇ ਉਸ ਨੂੰ ਵੀ ਮੈਂ ਸੀਡੀਪੀ ਦੇ ਵਿੱਚ ਹੀ ਕਵਰ ਕੀਤਾ ਹੋਇਆ ਕਹਿੰਦਾ ਮਤਲਬ ਕਿ ਤੁਹਾਡੀ ਹਾਫ ਜਿਹੜੀ ਹੈਗੀ ਹੈ ਸਬਜੈਕਟ ਪੈਡਾਗੋਜੀ ਜੋ ਕਿ ਪੇਪਰ 1 ਅਤੇ ਪੇਪਰ 2 ਲਈ ਬੜੀ ਇੰਪੋਰਟੈਂਟ ਹੈ ਪੀਐਸਟੈਟ ਜਾਂ ਸੀਟੈਟ ਦੇ ਲਈ ਉਸ ਨੂੰ ਵੀ ਮੈਂ ਸੀਡੀਪੀ ਦੇ ਵਿੱਚ ਕਵਰ ਕੀਤਾ ਹੋਇਆ ਸੋ ਸੀਡੀਪੀ ਦੀਆਂ 38 ਵੀਡੀਓਜ਼ ਦਾ ਮਤਲਬ ਇਹ ਹੈ ਕਿ ਤੁਹਾਡੇ ਉੱਥੋਂ 50 ਨੰਬਰ ਬੰਦੇ ਨੇ ਜੀ ਪੇਪਰ ਦੇ ਲਈ ਜੋ ਕਿ ਬਹੁਤ ਜ਼ਿਆਦਾ ਪਰਸੈਂਟੇਜ ਹੈ ਇਸ ਤੋਂ ਇਲਾਵਾ ਮੈਥ ਹੈ ਤੇ ईवीएस ਆਪਾਂ ਕੰਟੀਨਿਊ ਕਰ ਰਹੇ ਹਾਂ ਚੈਨਲ ਦੇ ਉੱਪਰ ਹਰ ਰੋਜ਼ ਇੱਕ ਵੀਡੀਓ ਮੈਥ ਦੀ ਕਿ ਵੀਐਸ ਦੀ ਕੰਟੀਨਿਊ ਹੋ ਰਹੀ ਹੈ ਇੰਗਲਿਸ਼ ਪੈਡਾਗੋਜੀ ਆਪਣੀ ਇੱਕ ਦੋ ਵੀਡੀਓਜ਼ ਦੇ ਵਿੱਚ ਅੱਗੇ ਹੋਰ ਕਵਰ ਹੋ ਜਾਏਗੀ ਕੁਝ ਜ਼ਿਆਦਾ ਨਹੀਂ ਹੈਗਾ ਉਹਦੇ ਵਿੱਚ ਹਾਂ ਇਸ ਤੋਂ ਬਾਅਦ ਆਪਾਂ ਉਹਦੇ ਜ਼ਿਆਦਾ ਐਮਸੀਕਿਊ ਜ਼ਰੂਰ ਕਰਾਂਗੇ ਕਿਉਂਕਿ ਅਗਰ ਤੁਸੀਂ ਪੀਐਸਟੈਟ ਜਾਂ ਸੀਟੈਟ ਦੇ ਵਿੱਚੋਂ ਤੁਹਾਡਾ ਸਕੋਰ ਅਗਰ ਤੁਸੀਂ ਚਾਹੁੰਦੇ ਹੋ ਕਿ 100 ਪਲੱਸ ਹੋਵੇ ਕਲੀਅਰ ਤਾਂ ਹੋਵੇ ਪੇਪਰ ਨਾਲ 100 ਪਲੱਸ ਹੋਵੇ ਤਾਂ ਇੰਗਲਿਸ਼ ਪੈਡਾਗੋਜੀ ਬੜਾ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਸੋ ਇੰਗਲਿਸ਼ ਪੈਡਾਗੋਜੀ ਨੇ ਵੀਡੀਓ ਦਾ ਲਿੰਕ ਵੀ ਉੱਪਰ ਆਈ ਬਟਨ ਤੇ ਆ ਰਿਹਾ ਹੋਊਗਾ ਅਗਰ ਕਿਸੇ ਨੇ ਉਹ ਵੀਡੀਓ ਨਹੀਂ ਦੇਖੀ ਹੈ ਤਾਂ ਉਹ ਵੀ ਜ਼ਰੂਰ ਦੇਖ ਸਕਦੇ ਹੋ ਇਸ ਤੋਂ ਇਲਾਵਾ ਮੈਥਮੈਟਿਕਸ ਆਪਨਾ ਇਹ ਅੱਜ ਦਾ ਜੀ 13ਵਾਂ ਪਾਰਟ ਹੈਗਾ ਸਪੈਸ਼ਲੀ ਅੱਜ ਦਾ ਆ ਅੱਜ ਇਸ ਤੋਂ ਪਹਿਲਾਂ ਅਸੀਂ ਆਪਣੇ 12 ਪਾਰਟ ਜਿਹੜੇ ਹੈਗੇ ਨੇ ਉਹ ਕਵਰ ਕਰ ਚੁੱਕੇ ਨੇ ਸੋ ਉਹਨਾਂ ਦਾ ਵੀ ਤੁਸੀਂ ਜੋ ਲਿੰਕ ਹੈ ਉਹ ਚੈਨਲ ਦੇ ਪਲੇਲਿਸਟ ਤੇ ਜਾ ਕੇ ਜਾਂ ਉੱਪਰ ਆਈ ਬਟਨ ਤੇ ਦੇਖ ਸਕਦੇ ਹੋ ਸੋ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਅਲਜਬ੍ਰਿਕ ਆਇਡੈਂਟਿਟੀਜ਼ ਦੀ ਠੀਕ ਹੈ ਜਿਸ ਨੂੰ ਅਗਰ ਮੈਂ ਪੰਜਾਬੀ ਦੇ ਵਿੱਚ ਲਿਖਾਂ ਕਿਉਂਕਿ ਇਦੇ ਨਾਲ ਮਿਲਦਾ ਜੁਲਦਾ ਟਾਪਿਕ ਅਸੀਂ ਪਹਿਲਾਂ ਵੀ ਕਵਰ ਕਰ ਚੁੱਕੇ ਆ ਜਿਸ ਦੇ ਵਿੱਚ ਅਸੀਂ ਪੜਿਆ ਸੀ ਜੀ ਬੀਜ ਗਣਿਤਿਕ ਇੱਥੇ ਤੁਹਾਨੂੰ ਯਾਦ ਆ ਜਾਊਗਾ ਕਿਉਂਕਿ ਇੱਕ ਦੋ ਪੀਡੀਓ ਪਹਿਲਾਂ ਹੀ ਅਸੀਂ ਇਹ proportions ਕੀਤਾਗਾ ਅਲਜੇਬਰਾ ਕਿਨੂੰ ਅਸੀਂ ਬੋਲ ਦਿੰਨੇ ਆ ਬੀਜ ਗਣਿਤਿਕ ਉੱਥੇ ਅਸੀਂ ਪੜਿਆ ਸੀ ਐਕਸਪ੍ਰੈਸ਼ਨਸ ਬਿਆਨਜਕ ਪੜੇ ਸੀ ਉੱਥੇ ਮੈਨਲੀ ਅਸੀਂ ਅੱਜ ਅਸੀਂ ਗੱਲ ਕਰਾਂਗੇ ਬੀਜ ਗਣਿਤਿਕ ਆਇਡੈਂਟਿਟੀਜ਼ ਜਿਸ ਨੂੰ ਅਸੀਂ ਤਸਮਕ ਵੀ ਬੋਲ ਦਿੰਨੇ ਆ ਤਸਮਕ ਤਸਮਕ ਠੀਕ ਹੈ ਜੀ ਸੋ ਇਹਦੀ ਪੰਜਾਬੀ ਇਹ ਬਣਦੀ ਹੈ ਅਗਰ ਮੈਂ ਇਹਨੂੰ ਬਿਲਕੁਲ ਸਿੰਪਲ ਭਾਸ਼ਾ ਦੇ ਵਿੱਚ ਬੋਲਾਂ ਤੇ ਇਸ ਟਾਪਿਕ ਦੇ ਵਿੱਚ ਆਪਾਂ ਪੜ੍ਹਨਾ ਕੀ ਹੈ ਜੇ ਤੁਹਾਨੂੰ ਮੈਂ ਬਿਲਕੁਲ ਸਿੰਪਲ ਦੱਸਾਂ ਇਹ ਮੰਨੋ ਕਿ ਉਹ ਉਸੇ ਦੀ ਦੂਸਰਾ 파ਟ ਹੈ ਉਹ 파ਟ ਸੀ ਆਪਣਾ ਅਲਜੈਬਰਿਕ ਐਕਸਪ੍ਰੈਸ਼ਨ ਦਾ ਇਹ ਹੈਗਾ ਅਲਜੈਬਰਿਕ ਆਇਡੈਂਟਿਟੀਜ਼ ਆ ਇਹਦੇ ਨਾਲ ਜੋ ਆਪਣਾ ਅਲਜਬਰਾ ਦਾ ਜੋ ਕਿ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਮੈਂ ਲਾਸਟ ਟਾਈਮ ਦੱਸਿਆ ਸੀ ਕਿ 2023 ਦੇ ਵਿੱਚ 2023 ਦੇ ਵਿੱਚ ਇਹਦੇ ਵਿੱਚੋਂ ਆਪਾਂ ਨੂੰ 4 MCQ ਆਏ ਸੀ ਜੀ ਸਿਰਫ ਅਲਜੈਬ੍ਰਿਕ ਵਾਲੇ ਪੋਰਸ਼ਨ ਦੇ ਵਿੱਚੋਂ ਬੀਜ ਗਣਿਤਕ ਵਾਲੇ ਦੇ ਵਿੱਚੋਂ ਅਤੇ ਚਾਰਾਂ ਦਾ ਚਾਰਾਂ ਦਾ ਲੈਵਲ ਜਿਹੜਾ ਅਗਰ ਤੁਸੀਂ ਪੇਪਰ ਦੇਖਿਆ ਹੋਵੇ ਤਾਂ ਬਹੁਤ ਜ਼ਿਆਦਾ ਡਿਫਿਕਲਟ ਸੀਗਾ ਮਤਲਬ ਬਿਲਕੁਲ ਟਾਪ ਕਲਾਸ ਐਗਜ਼ਾਮ ਸੀਗਾ ਉਹ ਸੋ ਉਹਨਾਂ ਦੇ ਵਿੱਚੋਂ ਦੋ ਕੁਐਸਚਨ ਆਪਾਂ ਪਿਛਲੀ ਕਲਾਸ ਦੇ ਵਿੱਚ ਕੀਤੇ ਆ ਦੋ ਇਸ ਕਲਾਸ ਦੇ ਵਿੱਚ ਵੀ ਕਰਾਂਗੇ ਸੋ ਦੇਖੋ ਅਗਰ ਮੈਂ ਦੱਸਾਂ ਕਿ ਬੀਜਗਣਿਤਿਕ ਤਸਮਕ ਕੀ ਹੁੰਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝੋ ਕਿ ਇਹਨਾਂ ਨੂੰ ਸਟੈਂਡਰਡ ਆਇਡੈਂਟिटीज ਵੀ ਬੋਲ ਦਿੰਦੇ ਆ ਇਹਨਾਂ ਫਾਰਮੂਲੇ ਨੂੰ ਅਸੀਂ ਸਟੈਂਡਰਡ ਆਇਡੈਂਟिटीज ਵੀ ਬੋਲ ਦਿੰਦੇ ਆ ਜਾਂ ਕਿ ਉਹ ਮਿਆਰੀ ਤਸਮਕ ਵੀ ਬੋਲ ਦਿੰਦੇ ਆ ਸਟੈਂਡਰਡ ਦਾ ਮਤਲਬ ਮਿਆਰੀ ਇੱਥੇ ਸੋ ਇਹ ਕੁਝ ਫਾਰਮੂਲੇ ਨੇ ਮੇਬੀ ਤੁਹਾਡੇ ਵਿੱਚੋਂ ਵੀ ਬਹੁਤੇ ਨੇ ਪੜੇ ਹੋਣਗੇ ਡਿਊਰਿੰਗ ਕਲਾਸਸ ਅ ਐਜ਼ ਅ ਸਟੂਡੈਂਟ ਸਭ ਨੇ ਆਪਾਂ ਇਹ ਦੇਖੇ ਹੁੰਦੇ ਨੇ ਸੋ ਇਹਦੇ ਵਿੱਚ ਅਸੀਂ ਫਾਰਮੂਲੇ ਹੀ ਕਰਨੇ ਨੇ ਫਾਰਮੂਲੇ ਰਿਲੇਟਡ ਆਪਾਂ ਨੂੰ ਕੁਐਸਚਨ ਆਉਣਗੇ ਫਾਰਮੂਲੇ ਲਾ ਕੇ ਹੀ ਸਾਡੇ ਸਾਰੇ ਦੇ ਸਾਰੇ ਜਿਹੜੇ ਕੁਐਸਚਨ ਹੈ ਉਹ ਮੋਸਟ ਆਫ ਦਾ ਕੁਐਸਚਨ ਸੋਲਵ ਹੋਣਗੇ ਸੋ ਤਿੰਨ ਫਾਰਮੂਲੇ ਬੜੇ ਇੰਪੋਰਟੈਂਟ ਨੇ ਜੀ ਸੋ ਸਭ ਤੋਂ ਪਹਿਲਾਂ ਤਾਂ a b ਦਾ ਹੋਲ ਸਕੁਅਰ a b ਦਾ ਹੋਲ ਸਕੁਅਰ ਇਹ ਕਾਦੇ ਬਰਾਬਰ ਹੁੰਦੇ ਅਗਰ ਤੁਸੀਂ ਇਸ ਨੂੰ ਖੋਲਣਾ ਚਾਹੋ a ਦੀ ਘਾਤ 2 a ਦੀ ਪਾਵਰ 2 ਜੋੜ 2ab ਜੋੜ b ਦੀ ਘਾਤ 2 ਠੀਕ ਹੈ ਜੀ ਇਸ ਤੋਂ ਬਾਅਦ a b ਦਾ ਹੋਲ ਸਕੁਅਰ a ਕਾ ਦੇ ਬਰਾਬਰ ਆਏਗਾ a 2 2ab b ਦੀ ਘਾਤ 2 ਸੋ ਇੱਥੇ ਫਰਕ ਹੀ ਹੈ ਦੇਖੋ ਇੱਥੇ ਜੋੜ ਸੀਗਾ ਇੱਥੇ ਮਾਈਨਸ ਆ ਗਿਆ ਬਸ ਜਿਹੜਾ 2ab ਹੈ ਨਾ ਉੱਪਰਲੇ ਦੇ ਵਿੱਚ ਤਾਂ 2ab ਦੇ ਅੱਗੇ ਜੋੜ ਸੀਗਾ ਨੀਚੇ ਵਾਲੇ ਦੇ ਵਿੱਚ ਮਾਈਨਸ ਆ ਜੂਗੀ ਬਸ ਇੰਨਾ ਫਰਕ ਹੈਗਾ ਕਾਈਂਡਲੀ ਇਹਨੂੰ ਨੋਟ ਕਰ ਲਓ ਕਿਤੇ ਇਸ ਤੋਂ ਬਾਅਦ ਦੇਖੋ ਅਗਰ ਤੁਹਾਨੂੰ ਕੁਐਸਚਨ ਆ ਜਾਏ a b a b ਏ ਕਾ ਦੇ ਬਰਾਬਰ ਹੁੰਦਾ ਜੀ a ਦੀ ਘਾਤ 2 b ਦੀ ਘਾਤ 2 ਇਹਨੂੰ ਇਦਾਂ ਵੀ ਲਿਖਿਆ ਜਾ ਸਕਦਾ ਹੈ ਅ ਸੱਜੇ ਪਾਸੇ ਤੁਸੀਂ ਅੱਗੇ ਰੱਖ ਸਕਦੇ ਹੋ a ਦੀ ਘਾਤ 2 b ਦੀ ਘਾਤ 2 a b a b ਸੋ ਅਗਰ ਤੁਸੀਂ ਇੰਗਲਿਸ਼ ਪੈਡਾਗੋਜੀ ਦੀ ਮੇਬੀ ਆਪਣੀ 7ਵੀਂ ਕਲਾਸ ਦੇਖੀ ਹੈ ਤਾਂ ਇਹ ਮੈਂ ਫਾਰਮੂਲੇਆਂ ਦੀਆਂ ਤੁਹਾਨੂੰ ਐਗਜ਼ਾਮਪਲਸ ਵੀ ਲਈਆਂ ਸੀ ਉੱਥੇ ਜਦੋਂ ਮੈਂ ਦੱਸ ਰਿਹਾ ਸੀ ਕਿ ਬੱਚੇ ਨੂੰ ਪਹਿਲਾਂ ਫਾਰਮੂਲੇ ਨਾ ਕਰਵਾਓ ਬੱਚੇ ਨੂੰ ਪਹਿਲਾਂ ਐਗਜ਼ਾਮਪਲ ਤੋਂ ਐਗਜ਼ਾਮਪਲ ਤੋਂ ਸ਼ੁਰੂ ਕਰੋ ਫਿਰ ਉਹਨੂੰ ਫਾਰਮੂਲੇ ਕਰਵਾਓ ਹਾਲਾਂਕਿ ਆਪਾਂ ਕਰ ਰਹੇ ਹਾਂ एग्जाम ਦੀ ਤਿਆਰੀ ਆਪਣਾ ਥੋੜਾ ਜਿਹਾ ਵਿਜ਼ਨ ਲੱਗ ਗਿਆ ਜੀ ਇੱਥੇ ਮੈਂ ਡਾਇਰੈਕਟ ਪਹਿਲਾਂ ਫਾਰਮੂਲੇ ਲਿਖੇ ਨੇ ਕਿਉਂਕਿ ਇਹ ਫਾਰਮੂਲੇ ਕਿਵੇਂ ਬਣੇ ਨੇ ਮੈਂ ਤੁਹਾਨੂੰ ਮੇਬੀ ਆਪਣੇ ਸਬਜੈਕਟ ਪੈਡਾਗੋਜੀ ਖਾਸ ਕਰਕੇ ਇੰਗਲਿਸ਼ ਪੈਡਾਗੋਜੀ ਦੇ ਵਿੱਚ ਐਗਜ਼ੈਂਪਲ ਲੈ ਕੇ ਵੀ ਦੱਸ ਚੁੱਕਾਂਗਾ ਸੋ ਅਗਰ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਇਹਨਾਂ ਦਾ origin ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਪਾਰਟ ਨੂੰ ਰੈਫਰ ਕਰ ਸਕਦੇ ਹੋ ਇੰਗਲਿਸ਼ ਪੈਡਾਗੋਜੀ ਵਾਲੇ ਨੂੰ ਉੱਥੇ ਮੈਂ ਐਗਜ਼ੈਂਪਲ ਹੈ اسی ਕਿਸੇ ਟੌਪਿਕ ਦੇ ਵਿੱਚ ਇਹ ਫਾਰਮੂਲੇ ਆ ਦੇ ਸੋ ਇਹ ਤਿੰਨੇ ਫਾਰਮੂਲੇ ਬੜੇ ਇੰਪੋਰਟੈਂਟ ਨੇ ਕਾਈਂਡਲੀ ਇਹਨ ਇਹੀ ਆਪਣਾ ਅੱਜ ਦਾ ਮੇਨ ਜਿਹੜਾ ਟੌਪਿਕ ਹੋਏਗਾ ਇਹਨਾਂ ਦੇ ਬੇਸ 'ਤੇ ਆਪਾਂ ਕੁਐਸਚਨ ਸੋਲਵ ਕਰਨੇ ਨੇ ਅਤੇ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਜਿਹੜੇ ਹੈਗੇ ਨੇ ਇਹਨਾਂ ਅਲਜਬ੍ਰਿਕ ਆਈਡੈਂਟਿਟੀਜ਼ ਦੇ ਵਿੱਚੋਂ ਇਹਨਾਂ ਬੀਜਗਣਿਤ ਤਸਮਕ ਦੇ ਵਿੱਚੋਂ ਆਪਾਂ ਨੂੰ ਕੁਐਸਚਨ ਕਿਹੜਾ ਡਾਇਰੈਕਟ ਹੀ ਆ ਜਾਂਦਾ ਪੇਪਰ ਦੇ ਵਿੱਚ ਤੇ ਉਹ ਕਿਹੜੇ ਕੁਐਸਚਨ ਆਏ ਨੇ ਉਹਨਾਂ ਨੂੰ ਕਿਵੇਂ ਸੋਲਵ ਕਰਨਾ ਚਲੋ ਦੇਖਦੇ ਆਪਾਂ ਉਹਨਾਂ ਨੂੰ ਆਪਣੀਆਂ ਨੈਕਸਟ ਸਲਾਈਡ 'ਤੇ ਵਿੱਚ ਹਾਂਜੀ ਪਹਿਲਾਂ ਆਪਾਂ ਦੇਖ ਲੈਣਾ ਕਿ ਇਹਨਾਂ ਫਾਰਮੂਲੇ ਨੂੰ ਆਪਾਂ ਯੂਜ਼ ਕਿਵੇਂ ਕਰਨਾ ਵਰਤਨਾ ਕਿਵੇਂ ਆ ਜੋ ਕਿ ਜ਼ਿਆਦਾ ਇੰਪੋਰਟੈਂਟ ਹੈ ਫਿਰ ਆਪਾਂ ਕੁਐਸਚਨ ਦੇਖਾਂਗੇ ਅ ਉੱਪਰ ਤੁਸੀਂ ਸਕਰੀਨ ਤੇ ਕੁਐਸਚਨ ਦੇਖ ਸਕਦੇ ਹੋ ਠੁਕਮੇ ਤਸਮਕ ਦੀ ਵਰਤੋਂ ਕਰਕੇ ਫਿਰ ਲਿਖਿਆਂ ਦਾ ਗੁਣਫਲ ਪਤਾ ਕਰੋ ਆਪਾਂ ਨੂੰ ਦੋ ਸਵਾਲ ਨੇ ਦੇਖੋ ਜੀ ਪਹਿਲਾ ਇਹ ਹੈ ਦੂਸਰਾ ਇਹ ਹੈ ਰਾਮ ਨਾਲ ਦੋਨੋਂ ਸਵਾਲ ਦੇਖ ਲਿਓ ਕਿਉਂਕਿ ਜੇ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਉਹਨਾਂ ਨੂੰ ਇਦਾਂ ਦੇ ਕੁਐਸਚਨ ਦੇ ਵਿੱਚ ਯੂਜ਼ ਕਿਵੇਂ ਕਰਨਾ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਇਸ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਆਪਣਾ ਜੋ ਬੀਜਗਣਿਤ ਬਿਆਨਿਕਲਾ ਪੋਰਸ਼ਨ ਸੀ ਕਿਉਂਕਿ ਉਹ ਉਹਦਾ ਹੀ ਦੂਸਰਾ ਪਾਰਟ ਹੈ ਨਾ ਮੰਨ ਕੇ ਚੱਲੋ ਉਹਦੇ ਵਿੱਚ ਮੈਂ ਤੁਹਾਨੂੰ ਗੱਲ ਕਹੀ ਸੀ ਕਿ ਅਸੀਂ ਸਿਰਫ ਬਿਆਨਜਕਾਂ ਦਾ ਜੋੜ ਦੇਖਿਆ ਸੀ ਉੱਥੇ ਘਟਾਓ ਦੇਖੀ ਸੀ ਸੋ ਜੋੜ ਅਤੇ ਘਟਾਓ ਵਾਲੇ ਆਪਾਂ ਕੁਐਸਚਨ ਕੀਤੇ ਸੀ ਸੋ ਜਿਨ੍ਹਾਂ ਨੇ ਉਹ ਕਲਾਸ ਦੇਖੀ ਹੋਊਗੀ ਉਹਨਾਂ ਨੂੰ ਪਤਾਗਾ ਅ ਮੈਂ ਉੱਥੇ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਜੋ ਆਪਣਾ ਗੁਣਾ ਕੀ ਗੁਣਾ ਤੋਂ ਲਾਭ ਆਪਣੀ ਭਾਗ ਹੈ ਠੀਕ ਹੈ ਜੀ ਮੇਬੀ ਉਹ ਆਪਣਾ 11ਵਾਂ ਪਾਰਟ ਸੀਗਾ ਗੁਣਾ ਤੇ ਭਾਗ ਆਪਾਂ ਅੱਗੇ ਦੇਖਾਂਗੇ ਤੇ ਗੁਣਾ ਤੇ ਭਾਗ ਨੂੰ ਆਪਾਂ ਅੱਜ ਦੇਖ ਰਹੇ ਹਾਂ ਜੀ ਕਿਹੜੇ ਪਾਰਟ ਦੇ ਵਿੱਚ 13ਵੇਂ ਦੇ ਵਿੱਚ ਸੋ ਇਹਦੇ ਵਿੱਚ ਐਕਸਪ੍ਰੈਸ਼ਨ ਹੀ ਆਉਣੀਆਂ ਖਾਸ ਕਰਕੇ ਗੁਣਾ ਦੇ ਵਿੱਚ ਖਾਸ ਕਰਕੇ ਗੁਣਾ ਦੇ ਵਿੱਚ ਕੀ ਹੋਊਗਾ ਅਸੀਂ ਕਾਦਾ ਯੂਜ਼ ਕਰਾਂਗੇ ਇੱਥੇ ਫਾਰਮੂਲੇ ਦਾ ਯੂਜ਼ ਕਰਾਂਗੇ ਸੋ ਗੁਣਾ ਕਰਕੇ ਅਸੀਂ ਬਿਆਨਕਾਂ ਦੀ ਗੁਣਾ ਵੀ ਕਰਾਂਗੇ ਤੇ ਉਹਨਾਂ ਦੇ ਵਿੱਚ ਫਾਰਮੂਲੇ ਦਾ ਵੀ ਯੂਜ਼ ਕਰਾਂਗੇ ਤੇ ਭਾਗ ਦੇ ਕੇਸ ਦੇ ਵਿੱਚ ਫਾਰਮੂਲੇ ਵਿੱਚ ਵਿੱਚ ਐਪਲੀਕੇਬਲ ਹੋ ਜਾਂਦੇ ਨੇ ਉਹਨਾਂ ਨੂੰ ਵੀ ਆਪਾਂ ਲੇਟਰ ਆਨ ਡਿਸਕਸ ਕਰਾਂਗੇ ਚਲੋ ਹੁਣ ਆਪਾਂ ਪਹਿਲਾ ਕੁਐਸਚਨ ਸੋਲਵ ਕਰਦੇ ਹਾਂ ਮੈਂ ਇੱਥੇ ਲਿਖ ਲੈਣਾ ਇੱਕ ਵਾਰ ਕੁਐਸਚਨ ਕੀ ਹੈ ਇੱਕ ਵਾਰ ਧਿਆਨ ਨਾਲ ਸੁਣ ਲਓ ਅਗਰ ਤੁਸੀਂ ਪਲੱਸ ਵਾਲਾ ਸਮਝ ਗਏ ਨਾ ਤਾਂ ਮਾਈਨਸ ਵਾਲਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿਉਂਕਿ ਪੇਪਰ 'ਚ ਤੁਹਾਨੂੰ ਕੁਐਸਚਨ ਇਦਾਂ ਵੀ ਆ ਸਕਦਾ ਹੈ ਜਾਂ ਕਿ ਲੋ ਆਇਆ ਹੋਇ ਠੀਕ ਹੈ y 2x ਬਰੈਕਟ ਬੰਦ ਫਿਰ y 2x ਤੁਹਾਨੂੰ ਇਦਾਂ ਦਾ ਕੁਝ ਦਿੱਤਾ ਥੱਲੇ ਆਪਸ਼ਨ ਦੇਤੀਆਂ ਵੀ ਦੱਸੋ ਜੀ ਇਹਨਾਂ ਦਾ ਮੁੱਲ ਕਿੰਨਾ ਆਊਗਾ ਠੀਕ ਹੈ ਤਾਂ ਉੱਥੋਂ ਫਿਰ ਪ੍ਰੋਪਰ ਵੇਜ ਦੇ ਨਾਲ ਫਾਰਮੂਲੇ ਦਾ ਯੂਜ਼ ਕਰਕੇ ਅਗਰ ਤੁਸੀਂ ਕੱਢੋਗੇ ਤਾਂ ਜਲਦੀ ਨਿਕਲ ਜਾਊਗਾ ਉਹ ਵੈਸੇ ਵਿਦਆਊਟ ਫਾਰਮੂਲਾ ਵੀ ਨਿਕਲ ਜਾਊਗਾ ਪਰ ਆਪਾਂ ਨੂੰ ਕੁਐਸਚਨ ਦੇ ਵਿੱਚ ਇੱਥੇ ਦੇ ਦੇ ਰੱਖਿਆ ਕਿ ਤਸਮਕ ਦੀ ਵਰਤੋਂ ਕਰਨੀ ਆ ਹਾਲਾਂਕਿ ਐਮਸੀਕਿਊ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਜੀ ਤੁਸੀਂ ਡਾਇਰੈਕਟ ਵੀ ਗੁਣਾ ਕਰ ਸਕਦੇ ਹੋ ਫਾਰਮੂਲੇ ਨਾਲ ਵੀ ਕਰ ਸਕਦੇ ਹੋ ਪਰ ਮੈਂ ਇੱਥੇ ਤੁਹਾਨੂੰ ਫਾਰਮੂਲੇ ਨਾਲ ਹੀ ਕਰਕੇ ਦਿਖਾਊਂਗਾ ਤਾਂ ਕਿ ਜੋ ਫਾਰਮੂਲੇ ਨੇ ਹੋ ਤੁਹਾਡੇ ਦਿਮਾਗ ਦੇ ਵਿੱਚ ਸੈੱਟ ਹੋ ਜਾਣ ਕਿਸੇ ਨਾ ਕਿਸੇ ਪੋਰਸ਼ਨ ਦੇ ਵਿੱਚ ਦੇਖੋ ਹੁਣ ਇੱਥੇ ਇੱਕ ਗੱਲ ਦੇਖੋ ਕਿ ਦੋਨੋਂ ਹੀ ਰਕਮਾਂ ਸੇਮ ਨੇ 2y 2x y 2x ਅਗਰ ਇਹ ਦੋਨੋਂ ਇਕੁਈ ਚੀਜ਼ ਹੈ ਤਾਂ ਮੈਨੂੰ ਇਦਾਂ ਲਿਖ ਸਕਦਾ ਨਾ y 2x y 2x ਪੂਰੇ ਦੀ ਘਾਤ ਦੋ ਪੂਰੇ ਦੀ ਘਾਤ ਦੋ ਦਾ ਮਤਲਬ ਕਿ y 2x ਕਿੰਨੇ ਵਾਰ ਹੈ ਜੀ ਦੋ ਵਾਰ ਹੈ ਤਾਂ ਮੈਨੂੰ ਮੈਂ ਇਦਾਂ ਲਿਖ ਤਾ ਹੋ ਸਕਦਾ ਐਮਸੀਕਿਊ ਦੇ ਵਿੱਚ ਤੁਹਾਨੂੰ ਆਹੀ ਆਪਸ਼ਨ ਦਿੱਤਾ ਪਿਆ ਹੋਵੇ ਤਾਂ ਤੁਸੀਂ ਫਟਾਫਟ ਟਿਕ ਕਰ ਦੋਗੇ ਹਾਂ ਅਗਰ ਤੁਹਾਨੂੰ ਹੋਰ ਕੋਈ ਆਪਸ਼ਨ ਦਿੱਤਾ ਹੋਇਆ ਤਾਂ ਤੁਹਾਨੂੰ ਸੋਲਵ ਕਰਨਾ ਪਊਗਾ ਇੱਥੇ ਧਿਆਨ ਨਾਲ ਨੋਟ ਕਰੋ ਆਪਾਂ ਥੋੜਾ ਜਿਹਾ ਇੱਕ ਵਾਰ ਸਕੈਚ ਚੇਂਜ ਕਰ ਲੈਨੇ ਕਿਉਂਕਿ ਅਗਰ ਪਹਿਲਾ ਕੁਐਸਚਨ ਜਿਨ੍ਹਾਂ ਨੂੰ ਸਮਝ ਆ ਗਿਆ ਤਾਂ ਅਗਲੇ ਕੁਐਸਚਨ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਣਗੇ ਇੱਥੇ ਜੋ Y ਹੈ ਤੇ 2X ਹੈ ਤਾਂ ਇੱਥੇ ਮੇਰਾ A ਕੀ ਹੋ ਗਿਆ ਜੀ ਮੇਰਾ A ਹੁੰਦਾ ਇੱਥੇ Y ਤੇ ਮੇਰਾ B ਕੀ ਹੈ ਜਿਹੜਾ ਆਪਾਂ ਫਾਰਮੂਲਾ ਲਾਵਾਂਗੇ B ਕੀ ਹੈ ਮੇਰਾ 2X ਠੀਕ ਹੈ ਇੱਥੋਂ ਤੱਕ ਤਾਂ ਨੂੰ ਕਲੀਅਰ ਹੋਊਗਾ ਹੁਣ ਫਾਰਮੂਲਾ ਕਿਹੜਾ ਲੱਗੂ ਕਿਉਂਕਿ ਵਿੱਚ ਜੋੜ ਹੈ ਪੂਰੇ ਦੀ ਘਾਤ 2 ਹੈ ਤਾਂ ਫਾਰਮੂਲਾ ਇੱਥੇ ਲੱਗੂਗਾ ਆਪਣਾ A ਜੋੜ b a ਜੋੜ b ਦੀ ਘਾਤ 2 ਇਹ ਵਾਲਾ ਫਾਰਮੂਲਾ ਲੱਗੂਗਾ ਇਹ ਫਾਰਮੂਲਾ ਹੁੰਦਾ ਕੀ ਹੈ a ਦੀ 2 ਤਾਂ ਹੀ ਮੈਂ ਫਾਰਮੂਲਾ ਬਾਰ-ਬਾਰ ਲਿਖ ਰਿਹਾ ਕਿ ਤੁਹਾਨੂੰ ਯਾਦ ਹੋ ਜੇ ਜੋੜ 2ab ਠੀਕ ਹੈ ਜੀ ਜੋੜ b ਦੀ 2 ਫਾਰਮੂਲਾ ਇਦਾਂ ਓਪਨ ਹੋਊਗਾ ਇਹ ਸੋ ਇਹ ਵਾਲਾ ਫਾਰਮੂਲਾ ਆਪਾਂ ਯੂਜ਼ ਕਰਾਂਗੇ ਤੇ ਇਸ ਕੁਐਸਚਨ ਨੂੰ ਸੋਲਵ ਕਰਾਂਗੇ ਹੁਣ ਬਸ ਵੈਲਿਊ ਪੁੱਟ ਕਰਨੀ ਹੈ ਹੋਰ ਕੋਈ ਕੰਮ ਨਹੀਂ ਜਿੱਥੇ a ਹੈ ਠੀਕ ਹੈ ਜੀ ਜਿੱਥੇ a ਹੈ ਉਥੇ a ਦਾ ਮੁੱਲ ਕੀ ਹੈ y ਉਹਨੂੰ y ਪੁੱਟ ਕਰ ਦਿਓ y ਦੀ ਘਾਤ 2 ਹੋ ਗਈ ਜੋੜ ਦੋ ਦੇਖੋ ਦੋ a ਅਤੇ b ਦੇ ਵਿੱਚ ਕੋਈ ਨਿਸ਼ਾਨ ਨਹੀਂ ਇਹਦਾ ਮਤਲਬ ਗਾ ਦਾ ਨਿਸ਼ਾਨ ਹੈ ਤਿੰਨਾਂ ਦੇ ਵਿੱਚ ਗੁਣਾ ਦਾ ਇਹ ਗੱਲ ਮੈਂ ਬਹੁਤ ਵਾਰ ਕਰ ਚੁੱਕਾ ਗੁਣਾ a ਦਾ ਮੁੱਲ ਕਿੰਨਾ ਜੀ y ਠੀਕ ਹੈ ਫਿਰ ਗੁਣਾ b ਦਾ ਮੁੱਲ ਕਿੰਨਾ ਹੈ 2x ਠੀਕ ਹੈ ਆਪਾਂ ਫਿਲ ਕਰਤੇ تھے ਜੋੜ ਉਸ ਤੋਂ ਬਾਅਦ ਜੋੜ ਆ ਗਿਆ ਜੋੜ ਕਰਕੇ b ਦੀ ਘਾਤ 2 b ਦਾ ਮੁੱਲ ਕਿੰਨਾ ਜੀ 2x ਦੇਖੋ ਇੱਥੋਂ ਅਸੀਂ ਗਲਤੀ ਕਰਦੇ ਹਾਂ ਇੱਥੋਂ ਅਸੀਂ ਗਲਤੀ ਕੀ ਕਰਦੇ ਹਾਂ ਕਿ 2x ਦਾ ਲਿਖਤਾ ਅਸੀਂ 2x ਹੀ ਕਾ 2 ਵਸਾਈ ਕਰ ਦਿੰਨੇ ਆ ਜੇ ਕੋਈ ਦਾ ਮਤਲਬ ਇਹ ਹੋ ਗਿਆ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਇਸ ਐਕਸਪ੍ਰੈਸ਼ਨ ਨੂੰ ਬੜੇ ਧਿਆਨਪੂਰਵਕ ਦੇਖੋ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਜੋ 2 ਕਾ ਹੱਤ ਹੈ ਨਾ ਉਹ x ਦੀ ਹੈ ਉਹ ਪੂਰੇ ਦੇ ਪੂਰੇ 2x ਹੀ ਨਹੀਂ ਹੈਗੀ ਉਹ ਕੱਲੀ x ਦੀ ਹੈ ਪਰ ਆਪਾਂ ਨੂੰ ਪਤਾ ਕਿ b ਦਾ ਮੁੱਲ ਕਿੰਨਾ ਹੈ ਜੀ 2x ਹੈ ਤਾਂ ਇਹਦਾ ਮਤਲਬ 2x ਨੂੰ ਬਰੈਕਟ 'ਚ ਬੰਦ ਕਰੋਗੇ ਜਦੋਂ ਚੱਲ ਤੇ ਚੱਲ ਦੋਨੇ ਹੋਣ ਤੁਹਾਡੇ ਕੋਲ ਉਹਨੂੰ ਬਰੈਕਟ 'ਚ ਬੰਦ ਕਰੋਗੇ ਪੂਰੇ ਦੇ ਘਾਤ ਉੱਤੇ 2 ਲਾਉਂਗੇ ਇਸ ਤਰੀਕੇ ਦੇ ਨਾਲ ਸੋ ਇੰਨਾ ਕਰਨ ਤੋਂ ਬਾਅਦ ਅਗਰ ਕੱਲਾ x ਹੁੰਦਾ ਫਿਰ ਤੁਹਾਨੂੰ ਬਰੈਕਟ ਦੀ ਲੋੜ ਵੀ ਨਹੀਂ ਸੀ ਇੱਥੇ ਫੇਰ ਤੁਸੀਂ ਡਾਇਰੈਕਟ ਜਾ ਸਕਦੇ ਸੀ ਹੁਣ ਬਸ ਇਹਨੂੰ ਫਰਦਰ ਸੋਲਵ ਕਰਨਾ ਆਪਾਂ ਹੋਰ ਕੁਝ ਨਹੀਂ 2y ਦੀ ਘਾਤ 2 ਜੋੜ ਜਿਹੜੇ ਤੁਹਾਡੇ ਅਚਲਨ ਨੇ ਜਿਹੜੇ ਅੰਕ ਨੇ ਸੰਖਿਆਵਾਂ ਨੇ ਉਹਨਾਂ ਦੇ ਅੱਡ ਗੁਣਾ ਕਰ ਦੋ 2 2 ਕਿੰਨਾ ਹੋ ਗਿਆ ਜੀ 4 4 ਤੋਂ ਬਾਅਦ ਦੇਖੋ ਨਾਰਮਲੀ ਅਸੀਂ x ਪਹਿਲਾਂ ਹੋਂ ਦਾ x ਲਿਖਾਂਗੇ y ਬਾਅਦ ਚ ਆਉਂਦੇ y ਲਿਖਾਂਗੇ 4xy ਗੁਣਾ ਅਸੀਂ ਕੈਨਸਲ ਕਰਤੀ ਜੋੜ ਇਹਨੂੰ ਧਿਆਨ ਨਾਲ ਦੇਖੋ ਦੇਖੋ ਇੱਥੇ 2x ਦੀ ਘਾਤ 2 ਹੈ ਨਾ ਮਤਲਬ 2 ਦੀ ਪਾਵਰ ਵੀ 2 ਹੈ x ਦੀ ਪਾਵਰ ਵੀ 2 ਹੈ ਠੀਕ ਹੈ ਦੋਨਾਂ ਦੇ ਵਿੱਚ ਡਾਟ ਪਾ ਦਿਓ ਜਾਂ ਗੁਣਾ ਦਾ ਨਿਸ਼ਾਨ ਹੈ ਤਾਂ ਜਦੋਂ ਇਹ ਘਾਤ ਦੇਖੋ ਬਰੈਕਟ ਦੇ ਅੰਦਰ ਆਊਗੀ ਘਾਤ ਵਾਲਾ ਚੈਪਟਰ ਹਾਲਾਂਕਿ ਆਪਾਂ ਕਰਨਾਗਾ ਇਹਨੂੰ ਥੋੜਾ ਜਿਹਾ ਇੱਥੇ ਸਮਝ ਲਓ ਤੁਸੀਂ ਕਿ ਜੋ ਉੱਤੇ 2 ਘਾਤ ਹੈ ਨਾ ਪੂਰੇ ਦੀ ਹੈ ਉਹ 2 ਦੀ ਘਾਤ ਵੀ ਹੈ ਉਹ x ਦੀ ਘਾਤ ਵੀ ਹੈ ਇਹਨੂੰ ਐ ਸਮਝ ਲਓ ਹੁਣ 2 ਦਾ ਵਰਗ ਹੁੰਦਾ ਜੀ 4 x ਦੀ ਘਾਤ 2 ਉਹ ਐਂ ਲਿਖੀ ਜਾਉ ਤਾਂ ਇਹ ਬਣ ਗਿਆ 4x ਦੀ 2 4x ਦੀ 2 ਫਿਰ ਆ ਪੂਰਾ ਮੁੱਲ ਖੋਲ ਕੇ ਇਹਨਾਂ ਆਊਗਾ ਫਾਰਮੂਲੇ ਦਾ ਯੂਜ਼ ਕਰਕੇ ਤੋ ਪ੍ਰੋਪਰ ਵੇ ਦੇ ਨਾਲ ਫਾਰਮੂਲਾ ਲਗਾ ਕੇ ਤੁਹਾਨੂੰ ਇਹ ਇਹਨਾਂ ਆਪਣੇ ਆਪ ਸੋਲਵ ਕਰਨਾ ਪਊਗਾ ਹੁਣ ਇਸ ਤੋਂ ਬਾਅਦ ਆਪਾਂ ਦੇਖ ਲੈਨੇ ਦੂਸਰਾ ਕੁਐਸਚਨ ਮੈਂ ਫਟਾਫਟ ਵੀ ਇਹਨੂੰ ਸੋਲਵ ਕਰ ਦੇਣਾਗਾ ਹਾਂਜੀ ਸੈਕੰਡ ਸਮ ਦੇ ਵੀ ਧਿਆਨ ਨਾਲ ਦੇਖੋ ਮੈਨੂੰ ਕੰਪਾਈਲ ਕਰਤਾ ਬਰਾਬਰ 2x ਘਟਾਓ 3yc ਫਿਰ 2x ਘਟਾਓ 3y ਦੋਨੇ ਇੱਕੋ ਜਿਹੇ ਰਕਮਾਂ ਨੇ ਮੈਂ ਇੱਕ ਵਾਰ ਲਿਖ ਕੇ ਬ੍ਰੈਕਟ ਬੰਦ ਕਰਕੇ ਉੱਪਰ ਦੋ ਪਾਤਾ ਤਾਂ ਇੱਥੇ ਫਾਰਮੂਲਾ ਕਿਉਂਕਿ ਵਿੱਚ ਘਟਾਓ ਹੈ ਧਿਆਨ ਨਾਲ ਦੇਖੋ ਤਾਂ a ਘਟਾਓ b ਦੀ ਘਾਤਾ 2 ਵਾਲਾ ਫਾਰਮੂਲਾ ਲੱਗੂਗਾ ਉਹੀ ਚੀਜ਼ ਹੈ ਬਸ ਇੱਥੇ ਮਾਈਨਸ ਆ ਜੂਗੀ ਜੇ ਇੱਥੇ ਇਹ ਆਊਗਾ a ਦੀ 2 2ab ਜੋੜ b ਦੀ 2 ਹੁਣ ਬਸ ਵੈਲਿਊ ਪੁੱਟ ਕਰਨੀ ਆ a ਦਾ ਮੁੱਲ ਕਿੰਨਾ ਜੀ 2x ਜਿੱਥੇ a ਹੈ ਧਿਆਨ ਨਾਲ ਦੇਖੋ ਇੱਥੇ a ਹੈ a ਦਾ ਮੁੱਲ ਆਪਾਂ ਭਰ ਦਿੰਨੇ ਇੱਥੇ 2x ਠੀਕ ਹੈ ਕਿਉਂਕਿ ਚੱਲਤੇ ਚੱਲ ਇਕੱਠੇ ਨੇ ਫਿਰ ਤਾਂ ਉੱਤੇ ਘਾ ਦੋ ਪਾ ਦਿਓ ਫਿਰ -2 ਦੇਖੋ a ਦਾ ਮੁੱਲ ਕਿੰਨਾ ਹੈ ਜੀ a ਦਾ ਮੁੱਲ ਹੈਗਾ 2x a ਦਾ ਮੁੱਲ ਹੈਗਾ 2x ਫਿਰ b ਦਾ ਮੁੱਲ ਕਿੰਨਾ ਹੈ 3/2 b ਦਾ ਹੈਗਾ 3/2 ਇਸ ਤਰੀਕੇ ਨਾਲ ਜਾਓਗੇ ਜੋੜ ਉਸ ਤੋਂ ਬਾਅਦ b ਦੀ 2 b ਕੀ ਹੈ ਜੀ ਇੱਥੇ 3/ a ਹੈਗਾ 2x b ਹੈਗਾ 3/ ਕਿਉਂਕਿ ਇਹਦੇ ਵਿੱਚ ਵੀ ਚੱਲ ਤੇ ਚੱਲ ਇਕੱਠੇ ਆ ਗਏ ਤਾਂ ਕਰਕੇ ਇਹਨੂੰ ਬਰੈਕ ਚ ਬੰਦ ਕਰਕੇ ਉੱਤੇ ਘਾ ਦੋ ਪਾਉਗੇ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਖੱਬੇ ਪਾਸੇ ਇਹਨੂੰ ਸੋਲਵ ਕਰਨਾ ਸ਼ੁਰੂ ਕਰ ਦਿੰਨਾ ਬਰਾਬਰ ਪਾ ਕੇ ਹੁਣ 2x ਦੀ ਘਾ ਦੋ ਆ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਆ ਦੇਖੋ ਬਾਰ-ਬਾਰ ਉਹੀ ਚੀਜ਼ 2x ਦੀ ਘਾ ਦੋ ਲਿਖਿਆ ਹੋਇਆ ਨਾ ਇਹਦਾ ਮਤਲਬ 2 ਦੀ ਵੀ ਘਾਤ 2 ਹੈ ਫਿਰ ਗੁਣਾ ਪਾ ਕੇ xy ਦੀ ਵੀ ਘਾਤ 2 ਹੈ ਸੋ 2 ਦਾ ਵਰਗ ਕਿੰਨਾ ਹੋ ਗਿਆ ਜੀ 4 4x ਦੀ 2 ਇਹ ਉਹੀ ਬਣ ਜੂਗਾ 4x ਦੀ 2 ਠੀਕ ਹੈ ਮਾਈਨਸ ਸਾਰੇ ਅੰਕਾਂ ਦੀ ਗੁਣਾ ਕਰ ਦਿਓ 2 2 ਨਹੀਂ 4 4 3 12 ਸੋ ਇਹ ਬਣ ਗਿਆ 12 ਨਾਲ ਕੀ ਬਚਿਆ ਹੋਰ xy ਜੋੜ 3y ਦੀ ਘਾਤ ਪੂਰੇ ਦੀ 2 ਤੇ ਇਹਦਾ ਮਤਲਬ ਪਹਿਲਾਂ 3 ਦਾ ਵਰਗ ਕਰੋ ਸੋ 3 ਦਾ ਵਰਗ ਇੱਥੇ ਧਿਆਨ ਨਾਲ ਇੱਥੇ ਨਾਰਮਲੀ ਗਲਤੀ ਹੁੰਦੀ ਹੈ ਆਪਸ਼ਨ ਦੇ ਵਿੱਚ ਕੀ ਵਰ ਕਨਫਿਊਜ਼ਿੰਗ ਦਿੱਤਾ ਹੁੰਦਾ ਹੈਗਾ ਤਾਂ ਪਹਿਲਾਂ 3 ਦਾ ਵਰਗ ਕਰੋ ਜੀ ਫੇਰ ਗੁਣਾ ਪਾ ਕੇ ਵਾਜ ਦਾ ਵਰਗ ਕਰੋ ਤਾਂ 3 ਦਾ ਵਰਗ 3 2 6 ਨਹੀਂ ਹੁੰਦਾ 3 ਦਾ ਵਰਗ ਇਹ ਵਰਗ ਦੇ ਵਿੱਚ ਆਪਾਂ ਇਹਨੂੰ ਕੰਪਲੀਟ ਡਿਸਕਸ਼ਨ ਕਰ ਚੁੱਕੇ ਹਾਂ 3 ਦਾ ਵਰਗ ਮਤਲਬ 3 ਦੀ ਆਪਸ ਦੇ ਵਿੱਚ ਦੋ ਵਾਰ ਗੁਣਾ ਕਰਨੀ ਆ ਤਤਿਓ ਤਿਓ 9 ਹੋ ਗਿਆ ਠੀਕ ਹੈ ਤਿਓ ਤਿਓ 9 ਹੋ ਗਿਆ 9 ਉਹੀ ਬਾਈ ਦੀ ਘਾ ਦੋ ਇਸ ਤਰੀਕੇ ਨਾਲ ਹੀ ਖੁੱਲੂਗਾ ਹੋਪਫੁਲੀ ਤੁਹਾਨੂੰ ਇਹ ਸਮਝ ਆ ਗਿਆ ਹੋ ਹਾਲਾਂਕਿ ਇਹ ਕੁਐਸਚਨ ਕਰਵਾਉਣ ਦਾ ਮੇਰਾ ਜਸਟ मीनिंग ਇਹ ਹੈ ਕੁਐਸਚਨ ਵੀ ਮੈਂ ਥੋੜੇ ਡਿਫਿਕਲਟ ਲੈ ਲੇ ਕਿ ਤੁਹਾਨੂੰ ਫਾਰਮੂਲੇ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਜੇ ਹਾਂਜੀ ਨੈਕਸਟ ਆਪਾਂ ਦੇਖਦੇ ਹੁਣ ਆ ਕਿ ਫਾਰਮੂਲੇ ਅਸਲ ਦੇ ਵਿੱਚ ਇਹਨਾਂ ਦਾ ਬੈਨੀਫਿਟ ਕੀ ਹੈ ਹੈਨਾ ਕਿਵੇਂ ਸਾਡੀ ਕੈਲਕੂਲੇਸ਼ਨ ਨੂੰ ਈਜ਼ੀ ਕਰਦੇ ਆ ਜਾਂ ਇੱਕ ਥਰਡ ਫਾਰਮੂਲਾ ਜਿਹੜਾ ਮੈਂ ਕਰਵਾਇਆ ਸੀ ਉਹਦੇ ਬੇਸ ਤੇ ਕਿਹੜਾ ਕੁਐਸਚਨ ਆ ਸਕਦਾ ਜਿਵੇਂ ਮੰਨ ਲਓ ਇੱਕ ਕੁਐਸਚਨ ਤੁਹਾਨੂੰ ਆ ਗਿਆ ਕਿ 101 ਦੀ 99 ਨਾਲ ਗੁਣਾ ਕਰੋ ਥੱਲੇ ਆਪਸ਼ਨ ਦਿੱਤੇ ਹੁੰਦੇ ਆਪਾਂ ਨੂੰ ਫਟਾਫਟ ਐਂਡ ਮੈਥ ਦੇ ਵਿੱਚ ਸਪੈਸ਼ਲੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਤਾਂ ਆਪਾਂ ਨੂੰ ਪਤਾ ਹੈ ਦੇਖੋ ਧਿਆਨ ਨਾਲ ਕਿ 101 ਨੂੰ ਮੈਂ ਇਦਾਂ ਲਿਖ ਸਕਦਾ ਨਾ 100 ਜੋੜ 1 101 ਨੂੰ ਮੈਂ ਇਦਾਂ ਲਿਖ ਸਕਦਾ 100 ਜੋੜ 1 ਵਿੱਚ ਗੁਣਾ ਦਾ ਨਿਸ਼ਾਨ ਹੈ ਗੁਣਾ ਪਾਵੇਂ ਨਾ ਪਾਉ ਜਾਂ ਵਿੱਚ ਪਾ ਲਓ ਇੱਕੋ ਹੀ ਗੱਲ ਹੈ ਆ 99 ਨੂੰ ਮੈਂ ਕਿਵੇਂ ਲਿਖ ਸਕਦਾ ਦੇਖੋ 100 1 100 1 ਇਸ ਤਰੀਕੇ ਨਾਲ ਮੈਂ ਲਿਖ ਸਕਦਾ ਹੁਣ ਮੇਰੇ ਇਹ ਉਹੀ ਫਾਰਮੂਲਾ ਬਣ ਗਿਆ ਜੀ ਜਿਹੜਾ ਆਪਾਂ ਪਹਿਲਾਂ ਕੀਤਾ ਸੀ ਕਿਹੜਾ ਫਾਰਮੂਲਾ ਹੈ ਉਹ a ਦੀ 2 ਜਾਂ a b ਜਿਹੜਾ ਤੀਸਰਾ ਫਾਰਮੂਲਾ ਸੀ a b ਵਿੱਚ ਗੁਣਾ ਦਾ ਨਿਸ਼ਾਨ ਹੈ ਕੁਝ ਵੀ ਨਹੀਂ ਪਾਇਆ ਤਾਂ ਇੱਥੇ ਗੁਣਾ ਦਾ ਨਿਸ਼ਾਨ ਹੈ ਜੀ a b ਤਾਂ a ਮੇਰਾ 100 ਹੈ b ਮੇਰਾ 1 ਹੈ ਦੋਨੇ ਪਾਸੇ ਸੇਮ ਸੀਮ ਸੀਮ ਬਣ ਗਿਆ ਬਸ ਵਿੱਚ ਪਲੱਸ ਮਾਈਨਸ ਹੈ ਆਹ ਫਾਰਮੂਲਾ ਆਪਾਂ ਕਿਵੇਂ ਕੱਢਦੇ ਹੁੰਨੇ ਆ ਏ ਦੀ ਕਾ 2 ਮਾਈਨਸ ਬੀ ਦੀ ਕਾ 2 ਠੀਕ ਹੈ ਜੀ ਏ ਦੀ ਕਾ 2 ਮਾਈਨਸ ਬੀ ਦੀ ਕਾ 2 ਤਾਂ ਕਿਵੇਂ ਆ ਗਿਆ ਇਹ ਹੁਣ ਦੇਖੋ ਆਹ ਚੀਜ਼ ਆਪਾਂ ਨੂੰ ਦਿੱਤੀ ਹੋਈ ਹੈ ਹਨਾ ਜੋ ਉੱਪਰ 100 ਪਲੱਸ 1 ਤੇ 100 ਮਾਈਨਸ 1 ਮੈਂ ਲਿਖਤਾ ਇਹ ਮੰਨੋ ਕਿ ਉਹ ਚੀਜ਼ ਆਪਾਂ ਨੂੰ ਗਿਵਨ ਹੈਗੀ ਆਹ ਵਾਲੀ ਚੀਜ਼ ਆਪਾਂ ਨੂੰ ਗਿਵਨ ਹੈ ਆਹ ਵਾਲੀ ਤਾਂ ਇਹਨੂੰ ਮੈਂ ਕੰਪਾਈਲ ਕਰਨਾ ਹੋਵੇ ਤਾਂ ਮੈਂ ਕਿਵੇਂ ਲਿਖ ਸਕਦਾ ਏ ਦਾ ਵਰਗ ਕਰਦੇ ਹੋ ਮਾਈਨਸ ਬੀ ਦਾ ਵਰਗ ਸੁਣ ਕਰਕੇ ਦੇਖ ਲੋ a ਕਿੰਨਾ ਮੇਰੇ ਕੋਲ a ਹੈਗਾ ਜੀ ਮੇਰਾ 100 ਤੇ ਦਾ ਮਤਲਬ 100 ਦਾ ਵਰਗ ਕਰ ਦਿਓ b ਕਿੰਨਾ 1 1 ਦਾ ਵਰਗ ਕਰ ਦਿਓ ਸੋ ਬਰਾਬਰ 100 ਦਾ ਵਰਗ ਕਰੋਗੇ ਦਾ ਮਤਲਬ 100 ਦੇ ਨਾਲ ਦੋ ਜ਼ੀਰੋਆਂ ਤਾਂ ਹੈਗੀਆਂ ਨੇ ਨਾਲ ਦੋ ਜ਼ੀਰੋਆਂ ਹੋਰ ਲਾ ਦਿਓ ਜੀ 100 100 ਆਪਣੇ ਆਪ ਕਰਕੇ ਦੇਖੋ ਬੜੀ ਸਿੰਪਲ ਜੀ ਕੈਲਕੂਲੇਸ਼ਨ ਹੁੰਦੀ ਹੈ ਪੇਪਰ ਦੇ ਵਿੱਚ ਬਾਹਲੇ ਟੇਡੇ ਸਵਾਲ ਨਹੀਂ ਹੁੰਦੇ ਤਾਂ 100 ਦਾ ਵਰਗ ਇਦਾਂ ਆ ਜਾਊਗਾ ਇਸ ਤਰੀਕੇ ਦੇ ਨਾਲ ਚਾਰ ਜ਼ੀਰੋਆਂ ਆ ਜਾਣਗੀਆਂ ਜੀ 1 ਦੇ ਨਾਲ ਚਾਰ ਜ਼ੀਰੋਆਂ ਮੈਂ ਇੱਥੇ ਕਰਕੇ ਦਿਖਾ ਦਿੰਨਾ 100 100 ਬਸ ਇਹ 슬라이ਡ ਤੇ ਆਪਣਾ ਥੋੜਾ ਜਿਹਾ ਟਾਈਮ ਲੱਗਣਾ ਬਾਕੀ ਸੌਖਾ ਹੈ ਇੱਕ ਤੀਕਣਾ ਗੁਣਾ ਕਰਦੇ ਹੋ ਇੱਕ ਨਾਲ ਚਾਰ ਜ਼ੀਰੋ ਆ ਜਾਣਗੇ ਇਸ ਤਰੀਕੇ ਦੇ ਨਾਲ ਸੋ ਇਹ ਬਣ ਗਿਆ ਆਪਣਾ 10000 1 ਦਾ ਵਰਗ 21 ਹੁੰਦਾ ਸੋ 10000 ਦੇ ਵਿੱਚੋਂ ਇਹ ਤੁਸੀਂ ਇੱਕੜਾ ਘਟਾਓਗੇ ਤਾਂ ਇਹ ਬਚੂਗਾ ਤੁਹਾਡੇ ਕੋਲ 9999 ਸੋ ਇਦਾਂ ਅਗਰ ਤੁਹਾਨੂੰ ਫਾਰਮੂਲੇ ਦਾ ਪਤਾਗਾ ਤਾਂ ਤੁਸੀਂ ਬੜਾ ਫਾਸਟ ਜਿਹੜਾ ਹੈਗਾ ਨਾ ਉਹ ਆਨਸਰ ਪੇਪਰ ਦੇ ਵਿੱਚ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਇਦਾਂ ਕਰਨਾ ਪੂ ਦੇਖੋ 100 ਨੂੰ 9999 ਨਾਲ ਗੁਣਾ ਕਰਨੀ ਪੂ ਮੈਨੂੰ ਪਤਾ ਕਿ ਕੁਐਸਚਨ ਹੋ ਜਾਊਗਾ ਠੀਕ ਹੈ ਮੈਨੂੰ ਪਤਾ ਹੈ ਕਿ ਕੁਐਸਚਨ ਹੋ ਜਾਊਗਾ ਪਰ ਉੱਤੇ ਟਾਈਮ ਲੱਗੂਗਾ ਅਗਰ ਇਸ ਫਾਰਮੂਲੇ ਦੇ ਨਾਲ ਪ੍ਰੈਕਟਿਸ ਹੋਊਗੀ ਤਾਂ ਕੁਐਸਚਨ ਫਾਸਟ ਹੋ ਜਾਣਗੇ ਕਈ ਵਾਰ ਤੁਹਾਨੂੰ ਇਹ ਕੁਐਸਚਨ ਦੇ ਕੇ ਵੀ ਪੁੱਛਿਆ ਜਾ ਸਕਦਾ ਹੈ ਕਿ ਇੱਥੇ ਕਿਹੜਾ ਫਾਰਮੂਲਾ ਜਿਹੜਾ ਕਿਹੜਾ ਤੱਤਸਮਕ ਜਿਹੜਾ ਵਰਤਿਆ ਜਾ ਸਕਦਾ ਹੈ ਤਾਂ ਉਹਦੇ ਲਈ ਵੀ ਤੁਹਾਨੂੰ ਪਤਾ ਹੋਵੇ ਕਿ ਇੱਥੇ ਇਹ ਵਾਲਾ ਫਾਰਮੂਲਾ ਵਰਤਿਆ ਜਾ ਸਕਦਾ ਹੈ ਸੋ ਕੁਐਸਚਨ ਕਈ ਤਰੀਕਿਆਂ ਦੇ ਨਾਲ ਆਪਾਂ ਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਇਸ ਟੌਪਿਕ ਦੇ ਵਿੱਚੋਂ ਹਾਂਜੀ ਨੈਕਸਟ ਆ ਗਈ ਤੁਹਾਡੀ ਬੜੀ ਇੰਪੋਰਟੈਂਟ ਚੀਜ਼ ਆ ਗਈ ਐਮਸੀਕਿਊ ਸੋ ਇਥੇ ਮੈਂ ਨੰਬਰ ਦੇਖੋ 72 ਪਾਇਆ ਇਹਦਾ ਮਤਲਬ ਇਹ ਹੈ ਕਿ 71 ਤੱਕ एमसीक्यू ਅਸੀਂ ਆਪਣੇ ਪਹਿਲੇ 12 ਪਾਰਟ ਦੇ ਵਿੱਚ ਕਵਰ ਕਰ ਚੁੱਕੇ ਹਾਂ ਅਤੇ ਆਪਣਾ ਓਵਰਾਲ ਜਿਹੜਾ ਕੋਰਸ ਚੱਲਦਾ ਪਿਆ ਫ੍ਰੀ ਆਫ ਕੋਸਟ ਜਿਹੜਾ ਕੋਸਟ ਕੋਰਸ ਹੈ ਇਹ ਆਪਣਾ ਮੈਥਮੈਟਿਕਸ ਦਾ ਇਹਦਾ ਇਹ ਆਲ ਓਵਰ ਆਪਣਾ 72ਵਾਂ ਜਿਹੜਾ ਹੈਗਾ एमसीक्यू ਹੈਗਾ ਹਾਲਾਂਕਿ ਇਸ ਵੀਡੀਓ ਦਾ ਆਪਣਾ ਫਸਟ ਹੀ ਰਹੂਗਾ ਬਟ ਆਲ ਓਵਰ ਜਿਹੜਾ ਹੈਗਾਗਾ ਉਹ 72 ਰਹੂਗਾ ਚਲੋ ਆਪਾਂ ਦੇਖਦੇ ਹਾਂ ਇਹਦੇ ਵਿੱਚ ਕੀ ਹੈ ਤਦ ਸਮਕ ਪੂਰਾ ਕਰੋ ਦੇਖੋ ਆ ਗਿਆ ਨਾ ਸਿੱਧਾ ਪੇਪਰ ਵਾਲਾ ਕੁਐਸਚਨ ਕਿ a b ਦੀ ਕਾ 2 ਕਾਦੇ ਬਰਾਬਰ ਹੋਊਗਾ ਸਿੱਧਾ ਫਾਰਮੂਲਾ ਪੁੱਛ ਲੈਂਦੇ ਨੇ ਪੇਪਰ ਦੇ ਵਿੱਚ ਤਾਂ ਇਹਨੂੰ ਧਿਆਨ ਨਾਲ ਦੇਖੋ ਪਹਿਲੀ ਆਪਸ਼ਨ ਨਹੀਂ ਆਉਗੀ ਇਹ ਫਾਰਮੂਲਾ ਅਗਰ ਤੁਸੀਂ ਤੁਹਾਨੂੰ ਖੋਲਣਾ ਆਉਂਦਾ ਹੈ a ਦੀ 2 2ab ਠੀਕ ਹੈ ਜੀ ਜੋੜ b ਦੀ 2 ਤਾਂ ਇਹ ਤੁਹਾਨੂੰ ਨਾਲ ਦੀ ਨਾਲ ਇਹਦੇ ਨਾਲ ਦੇਖ ਲਓ ਕਿਹੜੀ ਆਪਸ਼ਨ ਮਿਲਦੀ ਹੈ ਇਹਦੇ ਨਾਲ ਆਪਾਂ ਨੂੰ a ਆਪਸ਼ਨ ਮਿਲਦੀ ਹੈ b ਹਾਲਾਂਕਿ ਇੱਥੇ ਦੇਖੋ ਧਿਆਨ ਨਾਲ ਕੀ ਹੈ ਮੈਂ 2ab ਵਿਚਾਲੇ ਪਾਏ ਇਹਨਾਂ ਨੇ ਬਾਅਦ ਚ ਪਾਏ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਕਿਉਂਕਿ ਵਿੱਚ ਪਲੱਸ ਦਾ ਨਿਸ਼ਾਨ ਹੈ ਜਾਏ ਕਿਸੇ ਨੂੰ ਮਰਜੀ ਅੱਗੇ ਪਾਓ ਕਿਸੇ ਨੂੰ ਮਰਜੀ ਬਾਅਦ ਚ ਪਾਓ ਤਾਂ ਕਰਕੇ ਆਪਣਾ ਰਾਈਟ ਆਨਸਰ ਕੀ ਆਊਗਾ ਆਪਸ਼ਨ B ਕੁਐਸਚਨ ਨੰਬਰ 73 ਤੱਸਮਕ ਨੂੰ ਪੂਰਾ ਕਰੋ ਫਿਰ ਤੋਂ ਉਹੀ ਕੁਐਸਚਨ ਆ ਗਿਆ ਜੀ ਫਾਰਮੂਲੇ ਨੂੰ ਪੂਰਾ ਕਰੋ A B A B ਤਾਂ ਇਹਦਾ ਆਪਾਂ ਕਿਵੇਂ ਰਿਜ਼ਲਟ ਕੱਢਿਆ ਸੀ ਹੁਣ ਹੀ ਸਵਾਲ ਕਰਕੇ ਆਏ ਆ ਆਪਾਂ 112999 ala ਤਾਂ ਇਹ ਕਾਦੇ ਬਰਾਬਰ ਹੁੰਦਾ ਹੈ A ਦੀ 2 B ਦੀ 2 A ਦੀ 2 B ਦੀ 2 ਕਾਦੇ ਬਰਾਬਰ ਆਊਗਾ A B A B ਤਾਂ ਦੇਖ ਲਓ ਕਿੱਥੇ ਹੈ ਜੀ A ਦੀ 2 ਇਹ ਪਹਿਲੀ ਨਹੀਂ ਹੈਗੀ ਦੂਜੀ ਨਹੀਂ ਹੈਗੀ ਦੀ অপਸ਼ਨ ਹੈ a ਦੀ ਦੋ b ਦੀ ਦੋ so c is the correct answer for question number 73 ਹਾਂਜੀ ਪਹਿਲੀਆਂ ਤਿੰਨ ਸਲਾਈਡ ਦੇ ਉੱਪਰ ਆਪਾਂ ਨਾਰਮਲੀ ਫੋਕਸ ਕੀਤਾ ਸੀਗਾ ਫਾਰਮੂਲੇ ਲਗਾ ਕੇ ਕੁਐਸਚਨ ਸੋਲਵ ਕਰਨਾ ਜਾਂ ਤਿੰਨ ਫਾਰਮੂਲੇ ਅਸੀਂ ਬੇਸਿਕਲੀ ਯਾਦ ਕਰਨ ਦੀ ਕੋਸ਼ਿਸ਼ ਕੀਤੀ ਸੀ so ਕਈ ਵਾਰ ਕੁਐਸਚਨ ਦੇਖੋ ਜ਼ਿਆਦਾ ਡਿਫਿਕਲਟ ਨਹੀਂ ਆਉਂਦਾ ਉਹ ਜਿਹੜੇ ਮੈਂ ਤੁਹਾਨੂੰ ਕੁਐਸਚਨ ਕਰਵਾਏ ਨੇ ਉਹ ਬਿਲਕੁਲ ਟਾਪ ਲੈਵਲ ਦੇ ਨੇ ਆ ਕਈ ਵਾਰ ਕੁਐਸਚਨ ਸਿੱਧੀ ਆ ਜਾਂਦੇ ਜਿਵੇਂ ਪਹਿਲਾ ਕੁਐਸਚਨ ਦੇਖੋ ਇੱਥੇ ਲਿਖੇ ਇੱਕ ਪਦੀ ਜੋੜਿਆਂ ਦਾ ਗੁਣਫਲ ਪਤਾ ਕਰੋ ਕਿ ਇਹਨਾਂ ਦੀ ਗੁਣੀ ਕਰਨੀ ਹੈ ਤੁਸੀਂ ਕਿਹਦੀ ਕਿਹਦੀ ਗੁਣਾ ਕਰਨੀ ਹੈ ਦੇਖੋ 8x 3y ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਅੰਕ ਦੀ ਅੰਕ ਨਾਲ ਕਰ ਦਿਓ 8 3 24 ਪਿੱਛੇ xy ਆਏ ਆ ਜਾਣਗੇ 24xy 4 ਨੂੰ 2x ਨਾਲ ਗੁਣਾ ਕਰੋਗੇ 4 2 8x ਆ ਗਿਆ ਜੀ ਸਿੱਧਾ ਆਹ ਦੇਖੋ ਇੱਥੇ ਮਾਈਨਸ ਹੈ ਮਾਈਨਸ ਥੋੜਾ ਧਿਆਨ ਰੱਖਣਾ 4p ਨੂੰ 3q ਨਾਲ ਗੁਣਾ ਕਰੋਗੇ ਤਾਂ ਕਿੰਨਾ ਬਣ ਗਿਆ ਜੀ 4 3 12 ਅੱਗੇ ਮਾਈਨਸ ਹੈ ਇੱਕ ਦੇ ਤਾਂ ਮਾਈਨਸ ਆਊਗੀ 4 3 12 ਕਿਊ ਸੋ ਕਈ ਵਾਰ ਇਹਨੇ ਸਿੰਪਲ ਕੁਐਸਚਨ ਵੀ ਆਪਾਂ ਨੂੰ ਪੇਪਰ 'ਚ ਆ ਜਾਂਦੇ ਨੇ ਕਿਤੇ ਹਮੇਸ਼ਾ ਇਹ ਨਹੀਂ ਸੋਚਣਾ ਕਿ ਫਾਰਮੂਲੇ ਵਾਲੀ ਆਉਣਗੇ ਇਹ ਵਾਰ ਦੇਖੋ ਇੱਕ ਕੁਐਸਚਨ ਮੈਂ ਹੋਰ ਲਿਖ ਦਿੰਨਾ ਕਿ 2a ਹੈ 1 1 3b ਹੈ 1 4c ਹੈ ਠੀਕ ਹੈ ਜੀ ਇਹਨਾਂ ਦੀ ਗੁਣਾ ਕਰੋ ਤਾਂ ਦੇਖੋ ਕਿੰਨਾ ਸਿੰਪਲ ਕੁਐਸਚਨ ਹੈ ਸੋ ਕਈ ਵਾਰ ਪੇਪਰ ਦਾ ਲੈਵਲ ਜਮ੍ਹਾਂ ਈਜ਼ੀ ਵੀ ਹੋ ਸਕਦਾ ਹੈ ਜੀ ਹੈਨਾ ਜ਼ਰੂਰੀ ਨਹੀਂ ਹੈਗਾ ਪਰ ਜਿਸ ਸਮੇਂ ਨਾਲ ਆਪਾਂ ਨੂੰ ਲਾਸਟ ਵਾਲਾ ਪੇਪਰ ਦੇਖਣ ਨੂੰ ਮਿਲਿਆ ਉਹਦੇ ਅਕੋਰਡਿੰਗ ਦਾ ਮੇਰੇ ਖਿਆਲ ਨਾਲ ਜਿਸ ਤਰੀਕੇ ਨਾਲ ਆਪਾਂ ਪੜਦੇ ਪਏ ਆ ਇਹਦੇ ਅਕੋਰਡਿੰਗ ਹੀ ਆਪਣਾ ਪੇਪਰ ਸੈੱਟ ਹੋਣ ਵਾਲਾਗਾ ਅ ਐਡਵਾਂਸ ਲੈਵਲ ਹੈ ਠੀਕ ਹੈ ਹਾਲਾਂਕਿ ਜੋ ਲਾਸਟ ਦਾ ਲੈਵਲ ਸੀਗਾ ਮੇਰੇ ਅਕੋਰਡਿੰਗ ਤਾਂ ਪੇਪਰ 2 ਨਾਲੋਂ ਵੀ ਥੋੜਾ ਜਿਆਦਾ ਟੱਪ ਸੀਗਾ ਸੋ ਪੀਐਸਟ ਦਾ ਮੌਕਾ ਕਿੰਨੇ ਸਮੇਂ ਬਾਅਦ ਮੇਬੀ ਬਹੁਤੇ ਸਾਥੀਆਂ ਨੂੰ ਮਿਲਿਆ ਹੋਊਗਾ ਡੇਢ ਸਾਲ ਬਾਅਦ ਹੋ ਸਕਦਾ ਹੈ ਅੱਗੇ ਫਿਰ ਡੇਢ ਦੋ ਸਾਲ ਬਾਅਦ ਫਿਰ ਹੋਵੇ ਹਨਾ ਤਾਂ ਜਿਹੜਾ ਮੌਕਾ ਹੁੰਦਾ ਮੇਰੇ ਅਕੋਰਡਿੰਗ ਉਹਨੂੰ ਨਾ ਗਵਾਉਣਾ ਨਹੀਂ ਚਾਹੀਦਾ ਸਾਨੂੰ ਅ ਪ੍ਰੋਪਰ ਵੇ ਦੇ ਨਾਲ ਹਰ ਇੱਕ ਲੈਵਲ ਦੇ ਨਾਲ ਪੇਪਰ ਦੇ ਲਈ ਤਿਆਰ ਰਹੀਦਾਗਾ ਐਂਡ ਪੂਰੇ ਦੇ ਪੂਰੇ ਐਗਜ਼ਾਮ ਦਾ ਐਨਾਲਿਸਿਸ ਕਰਕੇ ਚਾਹੇ 2011 ਤੋਂ ਲੈ ਕੇ ਅ 2023 ਤੱਕ ਇਹ ਵੀਡੀਓਸ ਮੈਂ ਤੁਹਾਡੇ ਲਈ ਬਣਾ ਰਿਆਂਗਾ ਹਾਲਾਂਕਿ ਬਹੁਤੇ ਸਾਥੀ ਇਦਾਂ ਦੇ ਵੀ ਹੋਣਗੇ ਮੈਂ ਜੋ ਆਪਣਾ ਥੰਬਨੇਲ ਹੁੰਦਾ ਮੈਂ ਉੱਥੇ ਲਿਖ ਦਿੰਦਾ ਨਾ ਪੇਪਰ 1 ਪਰ ਆਪਣਾ ਇਹ ਟੌਪਿਕ ਹੋ ਗਿਆ ਜੀ ਅਲਜਬ੍ਰਿਕ ਅਲਾ 20 ਗਣੇਤਾ ਵਾਲਾ ਰੇਸ਼ੋ ਪ੍ਰੋਪੋਰਸ਼ਨ ਵਾਲਾ ਹੈ ਨਾ ਹੋਰ ਵੀ ਬੜੇ ਟੌਪਿਕ ਨੇ ਨੰਬਰ ਸਿਸਟਮ ਹੋ ਗਿਆ ਹਾਲਾਂਕਿ ਪੇਪਰ 2 'ਚ ਵੀ ਕੁਐਸਚਨ ਆਉਂਦੇ ਨੇ ਜੀ ਠੀਕ ਹੈ ਪੇਪਰ 2 ਦਾ ਪਾਰਟ ਵੀ ਇਹ ਤਾਂ ਕਰਕੇ ਜ਼ਰੂਰੀ ਨਹੀਂ ਗਏ ਨਹੀਂ ਸੋਚਣਾ ਕਿ ਸਿਰਫ ਪੇਪਰ 1 ਲਈ ਹੈ ਪੇਪਰ 2 ਲਈ ਵੀ ਹੈ ਕੋਕੇ ਸਾਇੰਸ ਤੇ ਮੈਥ ਲਗਭਗ ਸੇਮ ਹੀ ਹੁੰਦਾ ਜੀ ਪੇਪਰ 1 ਤੇ ਪੇਪਰ 2 ਲਈ ਬਸ ਜਿਹੜਾ ਕੁਐਸਚਨ ਹੈ ਟਾਪਿਕ ਤਾਂ ਉਹੀ ਰਹਿੰਦੇ ਨੇ ਜਿਹੜਾ ਕੁਐਸਚਨ ਹੈ ਉਹਦੇ ਡਿਫਿਕਲਟ ਲੈਵਲ ਦਾ ਫਰਕ ਪੈ ਜਾਂਦਾ ਹੈਗਾ ਪਰ ਪਿਛਲਾ ਪੇਪਰ ਨੂੰ ਦੇਖਦੇ ਹੋਏ ਜਾਂ ਉਸ ਤੋਂ ਥੋੜਾ ਜਿਹਾ ਹੋਰ ਪਿਛਲਾ ਪੇਪਰ ਦੇਖਦੇ ਹੋਏ ਸਾਨੂੰ ਪ੍ਰੋਪਰ ਵੇ ਦੇ ਨਾਲ ਹੀ ਡਿਫਿਕਲਟ ਤੌਰ ਤੇ ਹੀ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਡਿਫਿਕਲਟ ਕੁਐਸਚਨ ਹੋ ਜਾਣਗੇ ਤਾਂ ਈਜ਼ੀ ਤਾਂ ਆਪਣੇ ਆਪ ਹੀ ਹੋ ਜਾਣਗੇ ਤਾਂ ਇੱਥੇ ਦੇਖੋ ਧਿਆਨ ਨਾਲ 2 ਇਹ 3 ਵੀ 4 ਸੀ ਇਹਨਾਂ ਦੀ ਗੁਣਾ ਕਰਨੀ ਆ ਪਹਿਲਾ ਅੰਕਾਂ ਦੀ ਗੁਣਾ ਕਰੋ 2 ਦੀ 3 ਨਾਲ 2 3 6 6 a b c ਚੋ ਕਈ ਵਾਰ ਇਹਨਾਂ ਸੌਖਾ ਲੈਵਲ ਵੀ ਆ ਸਕਦੇ ਤੁਹਾਨੂੰ ਪੇਪਰ ਦੇ ਵਿੱਚ ਹੁਣ ਤੁਹਾਨੂੰ ਪਹਿਲੇ ਤਿੰਨ ਸਲਾਈਡਾਂ ਕਰਕੇ ਇਹ ਕੁਐਸਚਨ ਬੜੀ ਈਜ਼ੀ ਲੱਗੇ ਹੋਣਗੇ ਹਾਂਜੀ ਹੁਣ ਆਪਾਂ ਨੈਕਸਟ ਐਮਸੀਕਿਊ ਦੇਖਦੇ ਹਾਂ ਐਮਸੀਕਿਊ ਨੰਬਰ 74 ਇਹ ਦੋਨੇ ਜਿਹੜੇ ਆਪਣੇ ਐਮਸੀਕਿਊ ਨੇ ਭਾਗਤੇ ਨੇ ਜੀ ਡਿਵੀਜ਼ਨ ਤੇ ਨੇ ਬੜੇ ਇੰਪੋਰਟੈਂਟ ਨੇ ਪੇਪਰ ਪੁਆਇੰਟ ਆਫ ਥੀਸ ਦੇ ਹਿਸਾਬ ਨਾਲ ਠੀਕ ਹੈ ਤੇ ਇਦਾਂ ਦੇ ਕੁਐਸਚਨ ਆਪਾਂ ਨੂੰ ਆਏ ਵੀ ਹੋਏ ਨੇ ਅ ਥੋੜਾ ਇੰਗਲਿਸ਼ ਲਿਖਿਆ ਇਹਨੂੰ ਮੈਂ ਟਰਾਂਸਲੇਟ ਕਰ ਦੂੰਗਾ ਆਨ ਡਿਵਾਈਡਿੰਗ डिवाइडिंग का मतलब होंगे जी भाग करवाइडिंग सतवंजा पीदी द्यू आर बाय वन वन फोर पी क्यू बी ये वाला क्वेश्चन है अपना तो मतलब की है जी ए मतलब ये है कि सतवंजा ध्यान इतने नोट करो फिफ्टी सैवन सतवंजा पी का दो क्यू आर डिवाइड करना इनू बाय किए का मतलब ਅਗਰ ਮੈਂ ਪ੍ਰੋਪਰ ਪੰਜਾਬੀ ਚ ਕਹਾਂ ਕਿ 57p d2 q r ਨੂੰ 114 p q ਨਾਲ ਭਾਗ ਕਰਨ ਤੇ ਕੀ ਮਿਲਦਾ ਸੋ ਇਹਨੂੰ ਭਾਗ ਕਰਾਂਗੇ ਅਸੀਂ 114 p q ਤੇ ਠੀਕ ਹੈ ਜੀ 114 p q ਤੇ ਹੁਣ ਆਪਾਂ ਦੇਖਦੇ ਹਾਂ ਕਿ ਕੈਨਸਲ ਆਊਟ ਕਰਨ ਤੋਂ ਬਾਅਦ ਕੀ ਮਿਲੂਗਾ ਸਿਰਫ ਕੈਨਸਲ ਆਊਟ ਕਰਨਾ ਔਰ ਕੁਝ ਨਹੀਂ ਕਰਨਾ 57 ਦਾ ਪਾੜਾ ਪੜੋਂਗੇ ਡਾਇਰੈਕਟ ਹੀ ਕੈਨਸਲ ਆਊਟ ਹੁੰਦਾ ਜੀ ਅ ਇੱਥੇ ਉੱਪਰ 1 ਆ ਗਿਆ 57 1 57 57 ਦੋਨਾ 114 ਸੋ ਮੇਬੀ ਇਹ ਤੁਸੀਂ ਸਾਰੇ ਵੇਅਰ ਹੋਵੋਗੇ ਇਸ ਚੀਜ਼ ਤੋਂ ਇਸ ਤੋਂ ਬਾਅਦ ਨੀਚੇ ਵਾਲਾ p 1 p ਉੱਪਰ ਲੇਕ ਪੀ ਨਾ ਕੱਟਿਆ ਗਿਆ ਕਿਉਂਕਿ ਪੀ ਦੀ ਘਾਤ 2 ਸੀ ਪੀ ਦੀ ਘਾਤ 2 ਦਾ ਮਤਲਬ ਪੀ ਗੁਣਾ ਪੀ ਸੋ ਇੱਕ ਪੀ ਨਾਲ ਇੱਕ ਪੀ ਕੱਟਦਾ ਇੱਕ ਪੀ ਰਹਿ ਗਿਆ ਕਿਉਂ ਨਾਲ ਜੀ ਕਿਊ ਕੱਢ ਦਿਓ ਠੀਕ ਹੈ ਹੁਣ ਦੇਖੋ ਕੀ ਬਚਿਆ ਤੁਹਾਡੇ ਕੋਲੇ ਬਰਾਬਰ ਉੱਤੇ ਮੇਰੇ ਕੋਲੇ ਕੁਝ ਨਹੀਂ ਬਚਿਆ ਇੱਕ ਪੀ ਬਚਿਆ ਇੱਕ ਘਾਰ ਬਚਿਆ ਉੱਤੇ ਮੇਰੇ ਕੋਲ ਇੱਕ ਪੀ ਬਚਿਆ ਇੱਕ ਘਾਰ ਬਚਿਆ ਧਿਆਨ ਨਾਲ نیچے ਕਿਊ ਪੀ ਸਭ ਕੁਝ ਕੱਟਿਆ ਗਿਆ 114 ਵੀ ਕੱਟੇ ਗਏ ਇੱਕ 2 ਬਚਿਆ ਸੋ ਪੀ ਆਰ 2 ਬਚਿਆ ਮੇਰੇ ਕੋਲੇ ਪੀ ਆਰ 2 ਦੇਖੋ ਕਿੱਥੇ ਹੈ 1/2 ਇੱਥੇ ਹੈ ਨਹੀਂ ਇੱਥੇ ਵੀ ਨਹੀਂ ਹੈਗਾ ਇੱਥੇ ਵੀ ਨਹੀਂ ਹੈਗਾ ਸੋ 1/2 ਇੱਥੇ ਹੈ ਦਾ ਮਤਲਬ ਸੀ ਆਪਸ਼ਨ ਮੇਰਾ ਸਹੀ ਹੈ ਬਸ ਇਹਨਾਂ ਨੇ ਥੋੜਾ ਚੇਂਜ ਕਰਕੇ ਲਿਖਤਾ 1/2 ਅਡਡ ਕਰਤਾ ਪੀ ਆਰ ਅਡਡ ਕਰਤਾ 1/2 ਪੀ ਆਰ ਦੋਨਾਂ ਦਾ ਮਤਲਬ ਸੇਮ ਹੀ ਹੈ ਸੋ ਆਪਸ਼ਨ ਸੀ ਇਜ਼ ਦਾ ਕਰੈਕਟ ਆਨਸਰ ਨੈਕਸਟ ਅ ਕੁਐਸਚਨ ਨੰਬਰ ਆਪਣਾ 75 ਆ ਗਿਆ ਆਨ ਡਿਵਾਈਡਿੰਗ ਇਹਦੇ ਵਿੱਚ ਵੀ ਡਿਵਾਈਡ ਹੀ ਕਰਨਾ ਆਪਾਂ ਕਿਨੂ ਕਿਨੂ ਧਿਆਨ ਨਾਲ ਨੋਟ ਕਰੋ ਪੀ ਅ 4ਪੀ ਦੀ 2 16 ਡਿਵੀਜ਼ਨ ਵਾਲੇ ਕੁਐਸਚਨ ਆਪਾਂ ਨੂੰ ਇਦਾਂ ਆਏ ਹੋਏ ਨੇ ਸੋ ਹੁਣ ਆਪਾਂ ਜੋੜ ਵੀ ਕਰ ਲਿਆ ਜੀ ਘਟਾਓ ਵੀ ਕਰ ਲਈ ਗੁਣਾ ਵੀ ਕਰ ਲਈ ਇਹਨਾਂ ਦੀ ਆ ਬੀਜਗਨਿਤ ਐਕਸਪ੍ਰੈਸ਼ਨਾਂ ਦੀ ਭਾਗ ਕਰ ਰਹੇ ਆ ਆਪਾਂ 4p p ਦੀ p 2 ਠੀਕ ਹੈ ਇਹ ਆਪਣਾ ਕੁਐਸਚਨ ਹੈ ਮੇਬੀ ਇਹ ਕੁਐਸਚਨ ਨੂੰ ਤੁਹਾਡੇ ਵਿੱਚੋਂ ਬਹੁਤ ਜਾਣੇ ਟਫ ਸਮੇ ਰਹੇ ਹੋਣਗੇ ਜਿਹੜਾ ਕੁਐਸਚਨ ਮੈਂ ਹੁਣ ਹੱਲ ਕਰ ਰਿਹਾ ਪਰ ਅੱਗੇ ਮੈਂ ਤੁਹਾਨੂੰ ਦੋ ਕੁਐਸਚਨ ਦਿਖਾਉਂਗਾ ਜੀ ਜਿਹੜੇ 2023 ਦੇ ਆਏ ਨੇ ਸੋ ਉਹ ਕੁਐਸਚਨ ਦਾ ਰੰਗ ਰੂਪ ਦੇਖ ਕੇ ਤੁਸੀਂ ਕਹਿਣੀ ਨਹੀਂ ਹੈਗਾ ਕਿ ਇਹ ਵਾਲਾ ਕੁਐਸਚਨ ਕੁਐਸਚਨ ਨੰਬਰ 75 ਟਫ ਹੈ ਇਸ ਨੂੰ ਸੌਖਾ ਲੱਗੂਗਾ ਉਹਨਾਂ ਦੇ ਮੁਕਾਬਲੇ ਚਲੋ ਭਾ ਕਰਕੇ ਦੇਖਦੇ ਹਾਂ ਕੀ ਆਊਗਾ ਥੱਲੇ ਆਪਸ਼ਨ ਨੇ ਤੇ ਇਹ ਕੁਐਸਚਨ ਇਦਾਂ ਦਾ ਕਿ ਇਹਨੂੰ ਜਾਂ ਤਾਂ ਸਾਨੂੰ ਹੱਲ ਕਰਕੇ ਦੇਖਣਾ ਪੈਣਾ ਕੋਈ ਤੁੱਕਾ ਦਾ ਡਾਇਰੈਕਟ ਲੱਗ ਨਹੀਂ ਸਕਦਾ ਇਹਨਾਂ ਕੁਐਸਚਨਾਂ ਦੇ ਵਿੱਚ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਧਿਆਨ ਨਾਲ ਪਹਿਲਾਂ ਮੈਂ ਲਿਖਿਆ ਪੀ ਇਹਨੂੰ ਦੇਖੋ 4p ਦੀ 2 16 ਨੂੰ ਦੇਖੋ ਇੱਥੇ ਫਾਰਮੂਲਾ ਲੱਗੂਗਾ ਜੀ ਇੱਥੇ ਫਾਰਮੂਲਾ ਲੱਗੂਗਾ ਤਸਮਕਾਲਾ ਫਾਰਮੂਲਾ ਲੱਗੂਗਾ ਫਾਰਮੂਲਾ ਲੱਗੂਗਾ a ਦੀ 2 b ਦੀ 2 a b ਠੀਕ ਹੈ ਇੱਥੇ ਲਿਖ ਦਿੰਨੇ ਆ ਛੋਟੇ ਜਿਹੇ ਅੱਖਰਾਂ 'ਚ a^b a^-b ਇਹ ਵਾਲਾ ਫਾਰਮੂਲਾ ਆਪਾਂ ਕੀਤਾ ਹੋਇਆ ਇਹ ਵਾਲਾ ਫਾਰਮੂਲਾ ਇੱਥੇ ਐਪਲੀਕੇਬਲ ਹੋਊਗਾ ਕਿਵੇਂ ਜਿਹੜਾ 4p ਦੀ 2 ਹੈ ਨਾ 4p ਦੀ 2 ਉਹ ਨੂੰ ਮੈਂ ਲਿਖ ਸਕਦਾ ਨਾ 2 4 ਨੂੰ ਮੈਂ ਲਿਖ ਸਕਦਾ ਜੀ 2 ਦੀ 2 4 ਨੂੰ ਮੈਂ ਲਿਖੂੰਗਾ 2 ਦੀ 2 ਕਿਉਂਕਿ 2 ਦਾ ਵਰਗ 4 ਹੁੰਦਾ ਹੈ p ਦੀ 2 ਨੂੰ ਮੈਂ ਇਦਾਂ ਹੀ ਲਿਖਤਾ ਹੁਣ 2 ਦੀ ਵੀ ਘਾਤ 2 ਹੈ p ਦੀ ਵੀ ਘਾਤ 2 ਹੈ ਦੋਨੋਂ ਨੂੰ ਆਰਡਰ ਲਿਖਣ ਦੀ ਬਜਾਏ ਮੈਂ 2p ਲਿਖ ਕੇ ਇਕੱਠਾ 2p ਦੀ ਘਾਤ ਕਿੰਨੀ ਲਿਖ ਸਕਦਾ 2 ਲਿਖ ਸਕਦਾ ਸੋ ਇਹਨੂੰ ਮੈਂ ਲਿਖੂਗਾ ਪੀ ਉਸ ਤੋਂ ਬਾਅਦ ਦੇਖੋ ਬ੍ਰੈਕਟ ਸ਼ੁਰੂ ਫਿਰ 2ਪੀ 2ਪੀ ਦਾ ਅੱਡ ਬ੍ਰੈਕਟ ਲਾਉਣਾ ਪਊਗਾ ਮੈਨੂੰ ਦੇਦੀ ਘਾਤਪਾਤੀ 2 ਹੁਣ 16 ਦੇਖੋ 16 ਕਾ ਦਾ ਵਰਗ 4 ਦਾ 16 ਨੂੰ ਮੈਂ ਲਿਖੂਗਾ 4 ਦਾ ਵਰਗ ਸੋ ਵਰਗ ਕਰਨੇ ਚੀਜ਼ਾਂ ਆਪਾਂ ਸਾਰੀਆਂ ਕਰ ਚੁੱਕੀਆਂ ਪਹਿਲਾਂ ਵਟਾ ਉਸ ਤੋਂ ਬਾਅਦ ਵਟੇ ਕਰ ਦਿੰਨੇ ਆਪਾਂ ਵਟੇ ਦੇ ਵਿੱਚ ਕੀ ਹੈ ਦੇਖੋ ਹੋਰ 4ਪੀ ਪੀ ਮਾਈਨਸ 2 ਠੀਕ ਹੈ ਜੀ ਆਹ ਚੀਜ਼ ਦਿੱਤੀ ਹੋਈ ਆਪਾਂ ਨੂੰ ਮੈਂ ਕਹਿੰਦਾ ਮਤਲਬ ਮੈਂ ਇੱਕ ਸਟੈਪ ਹੀ ਸੋਲਵ ਕੀਤਾ ਹਜੇ ਤੋ ਅਗਲੇ ਤਿੰਨੋਂ ਕੁਐਸਚਨ ਡਿਫਿਕਲਟ ਲੈਵਲ ਦੇ ਨੇ ਇਹ ਵਾਲਾ ਕੁਐਸਚਨ ਤਾਂ ਬਾਕੀ ਦੋ ਨਾਲੋਂ ਈਜ਼ੀ ਹੋਊਗਾ ਜੋ 2023 ਚ ਆਏ ਹੋਏ ਐ ਤਾਂ ਕਰਕੇ ਇਹ ਨਹੀਂ ਸੋਚਣਾ ਕਿ ਬਹੁਤ ਡਿਫਿਕਲਟ ਚੀਜ਼ਾਂ ਹੋ ਰਹੀਆਂ ਨੇ ਸੋ ਪੇਪਰ ਦੇ ਵਿੱਚ ਆਇਆ ਹੋਇਆ ਜੀ ਇਸ ਤੋਂ ਬਾਅਦ ਦੇਖੋ ਉੱਪਰ ਪੀ ਪਿਆ ਥੱਲੇ ਪੀ ਪਿਆ ਹਨਾ ਤਾਂ ਪੀ ਤੇ ਪੀ ਆਪਾਂ ਕੱਟ ਸਕਦੇ ਹਾਂ ਚਲੋ ਕੱਟਣ ਵਾਲਾ ਕੰਮ ਬਾਅਦ ਚ ਕਰ ਲਾਂਗੇ ਪਹਿਲਾਂ ਇਹਨੂੰ ਖੋਲ ਲੈਣੇ ਆਪਾਂ ਤਾਂ ਪੀ ਆ ਗਿਆ ਹੁਣ ਆਹੀ ਫਾਰਮੂਲਾ ਬਣ ਗਿਆ ਆਪਣਾ 2 ਪੀ ਦੀ 2 4 ਦੀ 2 a ਦੀ 2 b ਦੀ 2 ਆ ਬਣ ਗਿਆ a ਦੀ 2 ਆ ਬਣ ਗਿਆ b ਦੀ 2 ਸੋ a ਦੀ 2 b ਦੀ 2 ਇਹਨੂੰ ਮੈਂ ਲਿਖੂੰਗਾ a b a b ਸੋ so, a ਮੇਰਾ ਕਿੰਨਾ ਜੀ 2p ਜੋੜ b ਕਿੰਨਾ 4 a ਬਣ ਗਿਆ a b a b ਕਿਵੇਂ ਬਣੂਗਾ 2p 4 ਉਸ ਤੋਂ ਬਾਅਦ ਉਵੇਂ ਹੀ ਲਿਖੋ ਥੱਲੇ ਵਾਲੀ ਸਾਰੀ ਰਕਮ ਉਵੇਂ ਹੀ ਮੈਂ ਤਾਰੀ ਜਾ ਰਹੇ ਹਾਂ ਜੇ ਕੁਝ ਚੇਂਜ ਨਹੀਂ ਕੀਤਾ ਠੀਕ ਹੈ ਜੀ نیچے ਮੈਂ ਹਲੇ ਐਜ਼ ਇਟ ਹੀ ਤਾਰ ਰਹੇ ਹਾਂ ਕੁਝ ਚੇਂਜ ਨਹੀਂ ਕੀਤਾ ਬਾਅਦ ਚ ਦੇਖਾਂਗੇ ਸੋ ਇਹਨਾਂ ਕਰਨ ਤੋਂ ਬਾਅਦ ਅਗਲਾ ਸਟੈਪ ਦੇਖੋ ਕੀ ਹੋਊਗਾ ਤਿੰਨ ਸਟੈਪ ਆਪਣੇ ਹੋ ਗਏ ਹੁਣ ਪਹਿਲੇ ਦੇ ਵਿੱਚ ਪੀ ਪਈ ਹੈ ਠੀਕ ਹੈ ਜੀ ਚਾਹੇ ਤੁਸੀਂ ਕਿਥੇ ਹੋਰ ਕੰਮ ਕਰ ਸਕਦੇ ਹੋ ਕੁਐਸਚਨ ਨੂੰ ਪਹਿਲਾਂ ਸ਼ਾਰਟ ਕਰ ਸਕਦੇ ਹੋ ਅਗਰ ਤੁਸੀਂ ਕਰਨਾ ਚਾਹੁੰਦਾ ਉਹ ਤੁਹਾਡੇ ਆਪਣੇ ਲੈਵਲ ਤੇ ਇਹਨੂੰ ਆਪਾਂ ਥੋੜਾ ਜਿਹਾ ਸ਼ਾਰਟ ਕਰ ਦਿੰਨੇ ਆ ਕਿ ਪੀ ਨਾਲ ਪੀ ਆਪਾਂ ਕੈਨਸਲ ਹੀ ਕਰ ਦਿੰਨੇ ਆ ਕਿਉਂਕਿ ਇੱਕ ਪੀ ਧਿਆਨ ਨਾਲ ਦੇਖੋ ਤਾਂ ਉੱਤੇ ਪਈ ਹੈ ਆਹ ਪੀ ਤਾਂ ਉੱਪਰ ਪਈ ਹੈ ਜੀ ਆਹ ਪੀ نیچے ਪਈ ਹੈ ਹਨਾ ਵਿੱਚ ਕੋਈ ਜੋ ਗੁਣੀ ਹੈ ਕੱਲੀ ਕੋਈ ਜੋੜ ਘਟਾਓ ਦਾ ਨਿਸ਼ਾਨ ਨਹੀਂ ਹੈਗਾ ਚਾਰਤੀ ਪੀ ਦੇ ਵਿੱਚ ਗੁਣਾ ਦਾ ਨਿਸ਼ਾਨ ਹੈ ਤਾਂ ਇਹ ਕੈਨਸਲ ਹੋ ਸਕਦੇ ਨੇ ਇਹਦੀ ਹੁਣ ਦੇਖੋ ਤੁਹਾਡੇ ਕੋਲ ਕੀ ਬਚਿਆ ਕੈਨਸਲ ਕਰਨ ਤੋਂ ਬਾਅਦ ਮੇਰੇ ਕੋਲ ਬਚੇ ਇੱਕ 2p 4 ਠੀਕ ਹੈ ਜੀ 1 2p 4 ਆ ਚੀਜ਼ ਬਚੀ ਹੈ ਮੇਰੇ ਕੋਲੇ ਥੱਲੇ ਮੇਰੇ ਕੋਲ ਕੀ ਬਚਿਆ 4 ਇੱਕ ਬਚਿਆ ਮੇਰੇ ਕੋਲ 4 1p 2 1p 2 ਸੋ ਇਹਨਾਂ ਕੁਐਸਚਨ ਸੋਲਵ ਹੋ ਗਿਆ ਇਸ ਤੋਂ ਬਾਅਦ ਅੱਗੇ ਦੇਖੋ ਹੁਣ 2p 4 ਪਹਿਲੀ ਬ੍ਰੈਕਟ ਦੇ ਵਿੱਚ ਕੋਈ ਚੀਜ਼ ਕਾਮਨ ਲੱਗ ਰਹੀ ਹੋਏਗੀ ਤੁਹਾਨੂੰ ਤਾਂ ਦੋ ਦੇਖੋ ਕਾਮਨ ਨਿਕਲ ਸਕਦਾ ਇਥੋਂ ਸਾਂਝਾ ਨਿਕਲ ਸਕਦਾ ਦੋ ਤਾਂ ਜੇ ਮੈਂ ਦੋਨੋਂ ਸਾਂਝਾ ਕੱਢਾਂ ਪਹਿਲੀ ਬ੍ਰੈਕਟ ਦੇ ਵਿੱਚੋਂ ਇਹਦੇ ਵਿੱਚੋਂ ਦੋ ਸਾਂਝਾ ਨਿਕਲ ਗਿਆ ਤਾਂ ਪਹਿਲੇ ਥਾਂ ਤੇ ਮੇਰੇ ਕੋਲ ਕੀ ਬਚਿਆ ਇਕੱਲਾ ਪੀ ਪੀ ਜੋੜ ਚਾਰ ਦੀ ਜਗ੍ਹਾ ਤੇ ਮੇਰੇ ਕੋਲ ਕਿੰਨਾ ਬਚਿਆ ਦੋ ਕਿਉਂਕਿ ਦੋ ਮੈਂ ਕੱਢ ਲਿਆ ਚਾਰ ਦੇ ਵਿੱਚੋਂ ਦੋ ਕੱਢ ਲਿਆ ਤਾਂ ਦੋ ਬਚੇ ਇਦਾਂ ਇਦਾਂ ਸਾਬ ਲਾ ਲਓ ਸੋ ਇਹ ਬਚਿਆ ਸਿਮਿਲਰਲੀ ਜੋ ਦੂਜੀ ਬ੍ਰੈਕਟ ਹੈ ਆ ਲੀਜੀ 2ਪੀ ਘਟਾਓ 4 ਵਾਲੀ ਇਹਦੇ ਵਿੱਚੋਂ ਮੈਂ ਦੋ ਸਾਂਝਾ ਕੱਢ ਸਕਦਾ ਤਾਂ ਮੇਰੇ ਕੋਲ ਪਿੱਛੇ ਉਮੀ ਕੀ ਬਚਿਆ ਪੀ ਮਾਈਨਸ ਦੋ ਇੱਥੇ ਪਹਿਲਾਂ ਜੋੜ ਸੀ ਇੱਥੇ ਮਾਈਨਸ ਬਚਿਆ ਬਟਾ ਥੱਲੇ ਉਹੀ ਹੈ 4 ਪੀ ਕਟਾਓ 2 ਸੋ ਮੇਬੀ ਆਪਣੀ ਪੂਰੀ ਸਕਰੀਨ ਜਿਹੜੀ ਹੈਗੀ ਉਹ ਭਰ ਗਈ ਹੈ ਹੁਣ ਹੁਣ ਦੇਖੋ ਅੱਗੇ ਕੀ ਹੋਊਗਾ ਜੀ ਬਰਾਬਰ ਹੁਣ ਦੇਖੋ 2 ਆਹਲਾ 2 ਤੇ ਆਹਲਾ 2 ਜਿਹੜੇ ਆਪਾਂ ਬਾਹਰ ਕੱਢੇ ਐ ਇਹਨਾਂ ਦੇ ਵਿੱਚ ਮੈਂ ਇੱਥੇ ਡਾਟ ਪਾਇਆ ਇਹਦਾ ਮਤਲਬ ਗੁਣਾ ਦਾ ਨਿਸ਼ਾਨ ਹੈ ਦੋਨੋਂ ਦੇ ਗੁਣਾ ਕਰ ਦਿਓ 2 ਦੋਨੇ 4 2 ਦੋਨੇ 4 ਸਿੱਧੀ ਗੁਣਾ ਹੋ ਗਈ ਫਿਰ ਦੇਖੋ ਪੀ ਜੋੜ ਦੋ ਪੀ ਜੋੜ ਦੋ ਪੀ ਮਾਈਨਸ 2 ਇਸ ਤਰੀਕੇ ਨਾਲ ਤੁਸੀਂ ਲਿਖ ਸਕਦੇ ਹੋ ਇਹਨਾਂ ਲਿਖਣ ਤੋਂ ਬਾਅਦ ਥੱਲੇ ਤਾਂ ਉਹੀ ਹੈ ਜੀ 4 p/2 4p/2 ਹੁਣ ਦੇਖੋ 4 ਨਾਲ 4 ਕੱਟੇ ਗਿਆ 4 ਦੇ ਨਾਲ ਤੁਹਾਡਾ ਇੱਥੇ 4 ਕੈਨਸਲ ਹੋ ਗਿਆ نیچے ਆਈ थिंक ਸੋ p/2 ਹੀ ਹੈ ਹਾਂਜੀ ਤੇ p/2 ਜਿਹੜੇ ਹੈਗੇ ਨੇ ਉੱਤੇ ਪਿਆ ਇੱਕ ਥੱਲੇ ਪਿਆ ਉਹ ਕੱਟੇਗੇ ਤੇ ਤੁਹਾਡੇ ਕੋਲ ਸਿਰਫ ਬਚਿਆ ਕੀ ਸਭ ਕੁਝ ਕੱਟ ਘਟਾ ਕੇ ਤੁਹਾਡੇ ਕੋਲ ਸਿਰਫ ਬਚਿਆ ਕੀ ਜੀ p+2 ਹੀ ਬਚਿਆ ਤੁਹਾਡੇ ਕੋਲੇ p+2 ਵੀ ਉੱਪਰ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ ਜੀ ਆਪਸ਼ਨ ਸੀ p+2 ਸੋ ਦੇਖੋ ਇਤਨਾ ਦੇ ਕੁਐਸਚਨ ਵੀ ਪੇਪਰ ਦੇ ਵਿੱਚ ਆਏ ਹੋਏ ਨੇ ਜੋ ਆਉਣ ਵਾਲੇ ਸਮੇਂ 'ਚ ਬਣ ਸਕਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ 2023 ਵਾਲੇ ਕੁਐਸਚਨਾਂ ਦੀ ਉਹ ਤੁਹਾਨੂੰ ਸਾਰੀ ਪਿਕਚਰ ਕਲੀਅਰ ਕਰ ਦੇਣਗੇ ਕਿ ਕਿਸ ਤਰ੍ਹਾਂ ਦਾ ਲੈਵਲ ਜਿਹੜਾ ਲਾਸਟ ਤੇ ਰਿਹਾ ਪੇਪਰ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਲੈਵਲ ਜਿਹੜਾ ਹੋ ਰਹਿ ਸਕਦਾ ਆਪਣੇ ਐਗਜ਼ਾਮ ਦਾ ਹਾਂਜੀ ਨੈਕਸਟ ਵੀ ਵਾਲਾ ਕੁਐਸਚਨ ਕੁਐਸਚਨ ਨੰਬਰ 76 ਜਿਹੜਾ ਕਿ ਆਪਾਂ ਨੂੰ 2023 ਦੇ ਵਿੱਚ ਆਇਆ ਹੋਇਆਗਾ ਤੇ ਇਹਦੇ ਲਈ ਆਪਣਾ ਸੀਗਾ ਜੀ ਪੇਪਰ 1 ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਇਹਨੂੰ ਆਪਾਂ ਦੇਖ ਲੈਨੇ ਦੇਖੋ ਕਾਫੀ ਗੁਣੀ ਕਰਨੀ ਹੈ ਵਿੱਚ ਜੋੜ ਵੀ ਹੈ ਘਟਾਓ ਵੀ ਹੈ ਸਭ ਕੁਝ ਪਾ ਰੱਖਿਆ ਇਹਨਾਂ ਨੇ ਇੱਕ ਹੋਰ ਵੱਡੀ ਗੱਲ ਦੇਖੋ ਇਸ ਕੁਐਸਚਨ ਦੇ ਵਿੱਚ ਖਾਸ ਕੀ ਹੈ ਆ ਕਿ ਫ੍ਰੈਕਸ਼ਨ ਵੀ ਪਾ ਰੱਖੀ ਹੈ ਹਨਾ ਥੋੜਾ ਜਿਹਾ ਟਾਈਮ ਲੱਗ ਜਾਣਾ ਜੀ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਸੋ ਪਹਿਲਾਂ ਤੁਸੀਂ ਵੀਡੀਓ ਨੂੰ ਖੁਦ ਵੀ ਪਾਜ਼ ਕਰਕੇ ਇਸ ਕੁਐਸਚਨ ਨੂੰ ਕੋਸ਼ਿਸ਼ ਕਰ ਸਕਦੇ ਹੋ ਕਰਨ ਦੀ ਸੋ ਅਗਰ ਤਾਂ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਰਤਾ ਤਾਂ ਭਾਈ ਮੰਨ ਲਿਆਂਗੇ ਕਿ ਜੋ ਆਪਾਂ ਪਹਿਲਾਂ ਕੀਤਾ ਗੋ ਆਪਾਂ ਥੋੜਾ ਡਿਫਿਕਲਟ ਲੈਵਲ ਕਰ ਲਿਆ ਠੀਕ ਹੈ ਜੀ ਜਿਵੇਂ ਆਪਾਂ ਕੁਐਸਚਨ ਨੰਬਰ 75 ਕਰ ਲਿਆ ਇਹ ਥੋੜਾ ਔਖੇ ਲੈਵਲ ਦਾ ਕਰ ਲਿਆ ਪਰੰਤੂ ਅਗਰ ਤੁਹਾਡੇ ਦਾ ਕੁਐਸਚਨ ਸੋਲਵ ਨਾ ਹੋਇਆ ਤਾਂ ਇਹਦਾ ਮਤਲਬ ਇਹ ਮੰਨ ਕੇ ਚੱਲੋ ਕਿ ਜੋ ਵੀ ਮੈਂ ਤੁਹਾਨੂੰ ਕਰਵਾ ਰਿਹਾ ਕੋਈ ਬਹੁਤ ਜ਼ਿਆਦਾ ਡਿਫਿਕਲਟ ਲੈਵਲ ਨਹੀਂ ਕਰਵਾ ਰਿਹਾ ਇਸ ਤਰ੍ਹਾਂ ਦਾ ਡਿਫਿਕਲਟ ਲੈਵਲ ਉਹ ਪੇਪਰ ਦੇ ਵਿੱਚ ਬਣ ਚੁੱਕਾ ਪ੍ਰਾਣੇ ਤਰੀਕੇ ਨਾਲ ਪੇਪਰ ਆਉਣ ਦੀ ਪੂਰੀ ਪੋਸਿਬਿਲਟੀ ਹੈ ਕਿ ਰਿਜ਼ਲਟ ਘੱਟੋ ਘੱਟ ਰਹੇ ਪੇਪਰ ਦਾ ਕਿ ਰਿਜ਼ਲਟ ਸਿਰਫ 1% ਜਾਂ 1.5% ਹੀ ਰਹੇ ਬਹੁਤ ਜ਼ਿਆਦਾ ਰਿਜ਼ਲਟ ਨਾ ਆਵੇ ਕਿਉਂਕਿ 2018 ਤੋਂ ਆਪਾਂ ਗੱਲ ਕਰੀ ਤਾਂ ਪੇਪਰਾਂ ਦੇ ਬਹੁਤ ਜ਼ਿਆਦਾ ਰਿਜ਼ਲਟ ਆ ਰਹੇ ਸੀਗੇ ਆ ਚਲੋ ਇਸ ਕੁਐਸਚਨ ਨੂੰ ਸੋਲਵ ਕਰਦੇ ਹਾਂ ਗੁਣਾ ਪਾ ਕੇ ਪਹਿਲਾਂ ਤਾਂ ਪਹਿਲੇ ਦੋ ਨੂੰ ਸੋਲਵ ਕਰਾਂਗੇ ਆਪਾਂ ਦੇਖੋ ਇੱਥੋਂ ਤੱਕ ਆ ਬਾਅਦ ਵਾਲੇ ਤਾਂ ਆਪਾਂ ਬਾਅਦ ਵਿੱਚ ਚੈੱਕ ਕਰਾਂਗੇ ਇਹਨਾਂ ਦੋਨੋਂ ਨੂੰ ਸੋਲਵ ਕਰੋ ਜੀ ਦੇਖੋ ਸਭ ਤੋਂ ਪਹਿਲਾਂ ਤਾਂ 1.5x ਲੈ ਲਓ 1.5x 1.5x ਲੈ ਲਓ ਠੀਕ ਹੈ ਇਹ ਲੈ ਲਓ ਇਹਨੂੰ ਅੱਗੇ ਜਾ ਕੇ ਫਾਰਮੂਲਾ ਕੋਈ ਨਹੀਂ ਲੱਗਣਾ ਇੱਥੇ ਇਹਨੂੰ ਅਗਲੀ ਪੂਰੀ ਬ੍ਰੈਕਟ ਨਾਲ ਗੁਣਾ ਕਰ ਦਿਓ ਮਤਲਬ ਐ ਸਮਝੋ ਕਿ ਪਹਿਲੇ ਦਾ ਪਹਿਲਾ ਲੈ ਲਓ ਪਹਿਲੇ ਦਾ ਫਸਟ ਲੈ ਲਓ ਆਲਾ 1.5x ਇਹਨੂੰ ਅੱਗੇ ਪੂਰੀ ਜਿਹੜੀ ਪੂਰੀ ਤਿੰਨ ਦੀ ਵੱਡੀ ਬ੍ਰੈਕਟ ਹੈ ਉਹਦੇ ਨਾਲ ਗੁਣਾ ਕਰ ਦਿਓ। ਤੋਂ 1.5x ਮਲਟੀਪਲਾਈ 1.5x ਠੀਕ ਹੈ ਜੀ ਥੋੜਾ ਟਾਈਮ ਲੱਗ ਜਾਣਾ ਲਿਖਣ ਤੇ 1.5 ਐ ਵਸ ਇਹਨਾਂ ਧਿਆਨ ਰੱਖਿਓ ਇੱਥੇ 15 ਨਹੀਂ ਹੈਗਾ ਇਹ। ਜੋੜ 4/ ਜੋੜ 3 ਠੀਕ ਹੈ ਜੀ ਇਹ ਲਿਖਤਾ। ਫਿਰ ਦੇਖੋ ਘਟਾਓ ਫਿਰ ਆਲਾ ਨਿਸ਼ਾਨ ਚੱਕੋ ਮਾਈਨਸ ਦਾ ਮਾਈਨਸ 4/ 4/ ਚੱਕੋ 4/ ਨੂੰ ਕਿਹਦੇ ਨਾਲ ਗੁਣਾ ਕਰੋ ਫਿਰ ਦੁਬਾਰਾ ਤੋਂ ਪੂਰੀ ਅਗਲੀ ਬ੍ਰੈਕਟ ਦੇ ਨਾਲ ਸੋ ਜਿੱਥੇ ਫਾਰਮੂਲਾ ਨਾ ਨਹੀਂ ਲੱਗਦਾ ਹੋਵੇ ਨਾ ਗੁਣਾ ਦੇ ਵਿੱਚ ਉੱਥੇ ਆਪਾਂ ਨੂੰ ਇਦਾਂ ਗੁਣੀ ਕਰਨੀ ਪੈਂਦੀ ਹੈ ਕਿ ਪਹਿਲਾਂ ਪਹਿਲੀ ਬੈਕਟ ਦੀ ਪਹਿਲਾ ਸੰਖਿਆ ਜਾਂ ਪਹਿਲਾ ਜੋ ਐਕਸਪ੍ਰੈਸ਼ਨ ਹੈ ਉਹ ਲੈ ਲਓ ਜਿਵੇਂ ਮੈਂ 1.5x ਲਿਆ ਸੀ ਉਹਨੂੰ ਚੱਕੀਏ ਕਿਉਂਕਿ ਵਿੱਚ ਇੱਥੇ ਗੁਣਾ ਦਾ ਨਿਸ਼ਾਨ ਹੈ ਉਹਨੂੰ ਚੱਕ ਕੇ ਅਗਲੀ ਪੂਰੀ ਰਕਮ ਨਾਲ ਗੁਣਾ ਕਰ ਦਿਓ ਫਿਰ ਦੂਜਾ ਚੱਕ ਲਓ ਉਹਦੇ ਅੱਗੇ ਜੋ ਨਿਸ਼ਾਨ ਹੈ ਉਹਨੂੰ ਨਾਲ ਲੈ ਕੇ ਆਓ ਫਿਰ ਉਹਨੂੰ ਅੱਗੇ ਫਿਰ ਗੁਣਾ ਕਰ ਦਿਓ ਸੋ 1.5x ਠੀਕ ਹੈ ਜੋੜ 4/ ਜੋੜ 3 ਅਸਲ ਦੇ ਵਿੱਚ ਇਸ ਤਰ੍ਹਾਂ ਦਾ ਕੁਐਸਚਨ ਦੇਖ ਕੇ ਕਈ ਵਾਰ ਸਾਨੂੰ ਵੈਸੀ ਡਰਜਾ ਲੱਗਣ ਲੱਗ ਜਾਂਦੇ ਕਿ ਪਤਾ ਨਹੀਂ ਕੀ ਆ ਗਿਆ ਸੋ -4.5x 4.5 ਹੈ ਜੀ 45 ਨਹੀਂ ਹੈਗਾ ਜੋੜ 12 22 ਠੀਕ ਹੈ ਪਹਿਲੇ ਸਟੈਪ ਦੇ ਵਿੱਚ ਆਪਾਂ ਇੰਨੀ ਕੰਮ ਕੀਤਾ ਕੋਈ ਜ਼ਿਆਦਾ ਕੰਮ ਨਹੀਂ ਕੀਤਾ ਸਿਰਫ ਪਹਿਲਾਂ ਨੂੰ ਮਲਟੀਪਲਾਈ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਦੇਖੋ ਕੀ ਹੈ ਹੁਣ ਜਿਹੜਾ 1.5x ਹੈ ਨਾ ਇਹ ਅ ਬਰੈਕਟ ਦੇ ਅੰਦਰ ਜਾਊਗਾ ਬਾਰ-ਬਾਰ ਸਾਰਿਆਂ ਨਾਲ ਗੁਣਾ ਹੋ ਪਹਿਲਾਂ ਦੇਖੋ 1.5x ਜਿਹੜਾ ਹੈਗਾ ਇਹਦਾ ਮੰਨੋ ਅ ਬਰੈਕਟ ਦੇ ਅੰਦਰ ਗਿਆ ਅੰਦਰ ਜਾ ਕੇ ਇਦੇ ਨਾਲ ਗੁਣਾ ਹੋਇਆ ਇਹਨੂੰ ਸਭ ਤੋਂ ਪਹਿਲਾਂ ਕੌਣ ਮਿਲਿਆ ਪਹਿਲਾ ਬ੍ਰੈਕਟ ਦੇ ਅੰਦਰਲਾ 1.5x ਠੀਕ ਹੈ ਜੀ ਉਹ ਮਿਲ ਗਿਆ ਬ੍ਰੈਕਟ ਨੂੰ ਆਪਾਂ ਬੰਦ ਹੀ ਰੱਖਾਂਗੇ ਫਿਰ 1.5x ਜਾਊਗਾ ਅੱਗੇ ਕਿਹਦੇ ਨਾਲ ਗੁਣਾ ਹੋਊਗਾ 4y ਦੇ ਨਾਲ 4y ਦੇ ਅੱਗੇ ਨਿਸ਼ਾਨ ਕਹਦਾ ਜੋੜ ਦਾ ਠੀਕ ਹੈ ਉਹ ਪਾ ਲਓ ਫਿਰ 1.5x ਗਿਆ ਕਿਹਦੇ ਨਾਲ ਗੁਣਾ ਹੋਇਆ 4y ਦੇ ਨਾਲ ਫਿਰ ਅੱਗੇ ਨਿਸ਼ਾਨ ਕਹਦਾ ਜੋੜ ਦਾ ਫਿਰ 1.5x ਜਾਊਗਾ ਅੱਗੇ ਕਿਹਦੇ ਨਾਲ ਗੁਣਾ ਹੋਊਗਾ ਲਾਸਟੇ 3 ਨਾਲ ਸੋ 1.5x 1.5x ਗਿਆ ਇਹ ਲਾਸੇ ਕਿੰਨਾ ਗੁਣਾ ਹੋਇਆ ਜੀ 3 ਦੇ ਨਾਲ ਠੀਕ ਹੈ ਗੁਣਾ ਹੋਇਆ 3 ਦੇ ਨਾਲ ਸੋ ਇੱਥੇ ਕੋਈ ਲੌਜੀਕਲ ਨਹੀਂ ਸੀਗਾ ਤਾਂ ਕਰਕੇ ਪੇਪਰ ਬਹੁਤ ਔਖਾ ਮੰਨਿਆ ਗਿਆ ਸੀਗਾ ਕਿ ਕੋਈ ਡਾਇਰੈਕਟ ਫਾਰਮੂਲਾ ਤਾਂ ਇੱਥੇ ਲੱਗ ਹੀ ਨਹੀਂ ਰਿਹਾ ਸੀ ਫਿਰ ਅੱਗੇ ਦੇਖੋ ਅੱਗੇ ਆਈ ਤੁਸੀਂ ਕਰਨਾ 4/2 ਦੇ ਨਾਲ ਸੇਮ ਇਹੀ ਸਟੈਪ ਤੁਸੀਂ ਫਾਲੋ ਕਰੋਗੇ 4/2 ਦੇ ਨਾਲ 4/ ਅੰਦਰ ਜਾਊਗਾ ਅੱਗੇ ਮਾਈਨਸ ਦਾ ਨਿਸ਼ਾਨ ਰੱਖੋ ਇੱਥੇ ਆ ਜਿਹੜਾ ਮਾਈਨਸ ਹੈ 4/ ਨੂੰ ਬ੍ਰੈਕਟ ਦੇ ਅੰਦਰ ਪੇ ਜੋ 4y ਅੰਦਰ ਜਾ ਕੇ ਪਹਿਲਾ ਕਿਹਦੇ ਨਾਲ ਗੁਣਾ ਹੋਊਗਾ 1.5x ਨਾਲ 1.5x ਨਾਲ ਫਿਰ ਅੱਗੇ ਕਾਹਦਾ ਨਿਸ਼ਾਨ ਹੈ ਜੀ ਜੋੜ ਦਾ ਫਿਰ 4y ਅੱਗੇ ਜਾਊਗਾ 4y ਕਿਹਦੇ ਨਾਲ ਗੁਣਾ ਹੋਊਗਾ 4y ਦੇ ਨਾਲ 4y 4y ਦੇ ਨਾਲ ਹੀ ਗੁਣਾ ਹੋਊਗਾ ਠੀਕ ਹੈ ਹੁਣ ਅੱਗੇ ਮੇਰੇ ਕੋਲ ਜਗ੍ਹਾ ਮੁੱਕ ਗਈ ਤਾਂ ਮੈਂ ਥੱਲੇ ਲਿਖੂੰਗਾ ਫਿਰ ਅੱਗੇ ਜੋੜ ਦਾ ਨਿਸ਼ਾਨ ਹੈ 4y ਜਾਊਗਾ 4y ਅੱਗੇ 3 ਨਾਲ ਗੁਣਾ ਹੋਊਗਾ ਠੀਕ ਹੈ ਜੀ ਫਿਰ ਬ੍ਰੈਕਟ ਬੰਦ ਕਰੋ ਮਤਲਬ ਅੰਦਰ ਜਾ ਕੇ ਇਕੱਲੇ ਇਕੱਲੇ ਨਾਲ ਗੁਣਾ ਕਰਵਾ ਦਿਓ ਫਿਰ ਬਾਕੀਆਂ ਦੋ ਰਕਮਾਂ ਜਿਹੜੀਆਂ ਆਪਣੇ ਕੋਲ ਪਈਆਂ ਨੇ ਉਹਨੂੰ ਐਂ ਲਿਖੋ 4.5 x ਜੋੜ 12/2 ਠੀਕ ਹੈ ਉਹਨੂੰ ਹਿਲਾਉਣਾ ਨਹੀਂ ਉਹ ਤਾਂ ਐਂ ਰੱਖਣਾ ਹਜੇ ਸੋ ਇੰਨੇ ਸਟੈਪ ਕਰਨ ਤੋਂ ਬਾਅਦ ਹੁਣ ਮੇ ਵੀ ਤੁਹਾਨੂੰ ਜਿਹੜਾ ਆਪਣਾ ਪਹਿਲਾ ਵਾਲਾ ਕੁਐਸਚਨ ਸੀ ਨਾ ਉਹ ਸੌਖਾ ਲੱਗ ਰਿਹਾ ਹੋਊਗਾ ਇਹਦੇ ਮੁਤਾਬਕ ਮੇਰੇ ਅਕੋਰਡਿੰਗ ਤੋਂ ਤਾਂ ਕਰਕੇ ਜਿੰਨਾ ਵੀ ਆਪਾਂ ਕੰਮ ਕਰ ਰਹੇ ਹਾਂ ਕੋਈ ਬਹੁਤ ਜ਼ਿਆਦਾ ਔਖਾ ਨਹੀਂ ਕਰ ਰਹੇ ਬਿਲਕੁਲ ਬੇਸਿਕ ਹੀ ਕੰਮ ਆਪਾਂ ਕਰਦੇ ਪਏ ਆ ਇਸ ਤੋਂ ਬਾਅਦ ਦੇਖੋ 1.5 ਨੂੰ 1.5 ਨਾਲ ਗੁਣਾ ਕਰੋ ਤਾਂ ਦਸ਼ਮਲਵ ਮੈਂ ਤੁਹਾਨੂੰ ਕਹਿਣਾ ਉਹਨਾਂ ਦਸ਼ਮਲਵ ਭੁੱਲ ਜਾ ਕਰੋ 15 ਨੂੰ 15 ਨਾਲ ਗੁਣਾ ਕਰ ਦਿਓ 15 ਨੂੰ 15 ਨਾਲ 15 ਦਾ ਵਰਗ ਹੁੰਦਾ 225 ਹੁਣ ਪੁਆਇੰਟ ਲਾਓ ਜੀ ਤਾਂ ਪਹਿਲੇ 1.5 ਦੇ ਵਿੱਚ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈ ਦੂਜੇ 1.5 ਦੇ ਵਿੱਚ ਵੀ ਦਸ਼ਮਲਵ ਤੋਂ ਬਾਅਦ ਕਿੰਨੇ ਅੰਕ ਨੇ ਇੱਕ ਅੰਕ ਹੈ ਤਾਂ ਹੁਣ ਜੋ 225 ਆਇਆ ਇਹਦੇ ਪਿੱਛੇ ਦੋ ਅੰਕ ਛੱਡ ਕੇ ਪੁਆਇੰਟ ਲਾ ਦਿਓ ਇਹ ਆਪਾਂ ਭਿੰਨਾਂ ਤੇ ਦਸ਼ਮਲਵ ਦੇ ਵਿੱਚ ਕਰ ਚੁੱਕੇ ਹਾਂ ਤਾਂ ਇਹ ਬਣ ਗਿਆ 2.25 x ਕਿੰਨੀ ਹੋ ਗਈ x x ਨਾਲ ਗੁਣਾ ਕਰੋਗੇ x x ਦਾ 2 ਆ ਗਿਆ ਉਸ ਤੋਂ ਬਾਅਦ ਦੇਖੋ ਹੁਣ ਦੇਖੋ ਥੋੜਾ ਥੋੜਾ ਆਨਸਰ ਆਪਾਂ ਨੂੰ ਮਿਲਣ ਲੱਗ ਗਿਆ ਦੇਖੋ ਇਹਦੇ ਵਿੱਚ ਵੀ ਹੈਗਾ ਜੀ ਇਹ ਇਹਦੇ ਵਿੱਚ ਵੀ ਹੈਗਾ ਮਤਲਬ ਥੋੜੇ ਜਿਹਾ ਆਪਾਂ ਆਨਸਰ ਦੇ ਨਜ਼ਦੀਕ ਪਹੁੰਚ ਗਏ ਇਹਨਾਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਅੱਗੇ 15 ਦੀ 4 ਨਾਲ ਗੁਣਾ ਕਰ ਦਿਓ 15 ਚੌਕਾ ਹੁੰਦਾ ਜੀ 60 15 ਚੌਕਾ ਹੁੰਦਾ 60 ਹੁਣ 1.5 ਦੇ ਵਿੱਚ ਦਸ਼ਮਲਵ ਤੋਂ ਬਾਅਦ ਇੱਕ ਅੰਕ ਸੀ ਤਾਂ 60 ਦੇ ਪਿੱਛੇ ਤੋਂ ਇੱਕ ਅੰਕ ਛੱਡ ਕੇ ਪੁਆਇੰਟ ਲਾ ਦਿਓ ਤਾਂ ਮਤਲਬ 6 ਹੀ ਰਹਿ ਗਿਆ 6xy 6xy ਜੋੜ ਉਸ ਤੋਂ ਬਾਅਦ 15 ਦੀ 3 ਨਾਲ ਗੁਣਾ ਕਰ ਦਿਓ ਜੀ 15 3 ਬਣ ਗਿਆ 45 15 3 45 ਇੱਥੇ ਵੀ ਪਿੱਛੇ ਇੱਕ ਪੁਆਇੰਟ ਆ ਜਾਊਗਾ 4.5x ਬਣ ਗਿਆ ਉਸ ਤੋਂ ਬਾਅਦ ਅੱਗੇ ਜਾਓ ਅੱਗੇ 4y ਦੇਖੋ 4y ਕਿਹਦੇ ਨਾਲ ਗੁਣਾ ਹੋਇਆ ਇੱਥੇ 15 ਦੇ ਨਾਲ 15 4 60 ਇਹ ਵੀ ਉਹੀ ਹੋ ਗਿਆ ਜੀ 15 4 60 ਫਿਰ ਇੱਕ ਛੱਡ ਕੇ ਪੁਆਇੰਟ ਲੱਗ ਜਾਊਗਾ ਮਤਲਬ 6xy ਰਹਿ ਗਿਆ ਇਹ 6xy ਉਸ ਤੋਂ ਬਾਅਦ ਧਿਆਨ ਨਾਲ ਦੇਖੋ ਇੱਥੇ ਬੜੀ ਇੰਪੋਰਟੈਂਟ ਚੀਜ਼ ਹੋਣ ਵਾਲੀ ਹੈ ਕਿ ਇਹ ਮਾਈਨਸ ਨਾ ਜਦੋਂ ਕਿਉਂਕਿ ਆਪਾਂ ਬ੍ਰੈਕਟ ਨੂੰ ਖੋਲਦੇ ਪਏ ਆਂ ਇਹ ਗੱਲ ਆਪਾਂ ਕਰ ਚੁੱਕੀਆਂ ਵੈਸੇ ਪਹਿਲਾਂ ਵਾਲੇ ਕਲਾਸਸ ਦੇ ਵਿੱਚ ਜਿੱਦੋਂ ਆਪਾਂ ਬ੍ਰੈਕਟ ਨੂੰ ਖੋਲਦੇ ਪਏ ਆਂ ਤਾਂ a b a ਨਾਲ ਗੁਣਾ ਹੋ ਜੂ ਤੇ ਬਣ ਜੂਗਾ ਜੀ ਜਦੋਂ ਬ੍ਰੈਕਟ ਦੇ ਅੱਗੇ ਮਾਈਨਸ ਲੱਗੀ ਹੋਵੇ ਨਾ ਤਾਂ ਬ੍ਰੈਕਟ ਦੇ ਅੰਦਰਲੇ ਸਾਰੇ ਪਲੱਸ ਮਾਈਨਸ ਦੇ ਨਿਸ਼ਾਨ ਚੇਂਜ ਹੋ ਜਾਂਦੇ ਆ ਤਾਂ ਹੁਣ 4y ਦੀ 4y ਨਾਲ ਗੁਣਾ ਕਰੋਗੇ ਚੌਕ ਚੌਕੀ 16 16 2y ਦੀ 2 ਆ ਗਿਆ ਜੀ 16 2y ਦੀ 2 ਚੋੜ 4y ਦੀ 3 ਨਾਲ ਗੁਣਾ ਕਰੋਗੇ 12y 4y ਦੀ 3 ਨਾਲ ਗੁਣਾ ਕਰੋਗੇ ਬਣ ਗਿਆ 12y 4 3 12y ਉਸ ਤੋਂ ਬਾਅਦ -4.5x 4.5x ਠੀਕ ਹੈ ਜੀ ਲਾਸਟ ਇੱਕ ਬਚਿਆ ਮੇਰੇ ਕੋਲੇ ਜੋੜ 12y ਕੁਛ ਕਿਦਾਂ ਬਣ ਗਿਆ ਆਪਣੇ ਕੋਲੇ 12y ਇੱਥੇ ਦੇਖੋ ਇੱਕ ਖਾਸ ਚੀਜ਼ ਹੋਈ ਹੈ ਉਹਨੂੰ ਧਿਆਨ ਦਿਓ ਕਿ ਜਦੋਂ ਇਹ ਮਾਈਨਸ ਨਾਲ ਮੈਂ a ਵਾਲਾ ਨਿਸ਼ਾਨ ਬਦਲਦਾ ਤਾਂ ਇਹ ਮਾਈਨਸ ਕਿਉਂਕਿ ਬ੍ਰੈਕਟ ਇੱਥੇ ਖਤਮ ਹੁੰਦਾ ਆਲੇ ਨਿਸ਼ਾਨ ਨੂੰ ਵੀ ਬਦਲੂਗੀ ਜੀ ਇਹਲਾ ਵੀ ਪਲੱਸ ਦਾ ਨਿਸ਼ਾਨ ਕਾਦਾ ਹੋ ਜਾਊਗਾ ਮਾਈਨਸ ਦਾ ਜੋ ਕਿ ਆਪਾਂ ਇੱਥੇ ਚੇਂਜ ਨਹੀਂ ਕੀਤਾ ਸੀ ਇਹਨੂੰ ਤੁਸੀਂ ਚੇਂਜ ਕਰ ਦਿਓ ਆਹ ਵਾਲੀ ਜਗ੍ਹਾ ਦੇ ਉੱਪਰ ਤਾਂ ਜਿੱਥੇ ਹੁਣ ਮੈਂ ਰੀਜ਼ ਕੀਤਾਗਾ ਇੱਥੇ ਪਹਿਲਾਂ ਮੈਂ ਪਲੱਸ ਕਰ ਗਿਆ ਸੀ ਬਟ ਇੱਥੇ ਕਾਦਾ ਨਿਸ਼ਾਨ ਆਊਗਾ ਜੀ ਮਾਈਨਸ ਦਾ ਨਿਸ਼ਾਨ ਆਊਗਾ ਠੀਕ ਹੈ ਇੰਨਾ ਕਰਨ ਤੋਂ ਬਾਅਦ ਹੁਣ ਕਰੋ ਕੈਨਸਲ ਆਊਟ ਜਿਹੜੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਕੱਟੀਆਂ ਜਾਂਦੀਆਂ ਨੇ ਕੁਝ ਚੀਜ਼ਾਂ ਕੈਨਸਲ ਆਊਟ ਹੋ ਜਾਣਗੀਆਂ ਜਿਵੇਂ ਆਹ 6xy ਜੋੜ ਦਾ ਆਹ 6xy ਘਟਾਓ ਦਾ ਸਿੱਧਾ ਕੱਟਿਆ ਗਿਆ ਕੁਝ ਨਹੀਂ ਕੀਤਾ ਤੁਸੀਂ ਆਹ 4.5x ਜੋੜ ਦਾ ਆ 4.5x ਘਟਾਓ ਦਾ ਜਿਵੇਂ 5 ਚੋਂ 5 ਕੱਢੇ 0 ਹੋ ਜਾਂਦੀ ਹੈ ਨਾ ਆਹੀਂ 4. 4.5x2 4.5x ਘਟਾਓ 0 ਆਹ 12b ਘਟਾਓ ਦਾ ਆਹ 12b ਜੋੜਦਾ ਇਹ ਵੀ ਕੱਟੇਗੇ ਤੂੰ ਆਪਣੇ ਕੋਲ ਤਾਂ ਰਖਮੀ ਦੋ ਬੱਚੀਆਂ ਨੇ ਅਗਰ ਆਪਾਂ ਲੌਜੀਕਲੀ ਦੇਖੀਏ ਆਪਣੇ ਕੋਲ ਤਾਂ ਰਖਮੀ ਦੋ ਬੱਚੀਆਂ ਨੇ ਕਿਹੜੀਆਂ-ਕਿਹੜੀਆਂ ਇੱਕ ਪਹਿਲੀ ਬੱਚੀ ਹੈ 2.25x2 ਇੱਕ ਆਹ ਬੱਚੀ ਹੈ ਜੀ ਇਹ ਕਿੰਨੀ ਹੈ 16 16/2 ਦੀ 2 ਹੁਣ ਦੇਖ ਲਓ ਆਪਸ਼ਨ ਕਿੱਥੇ ਆ ਇਹ ਤੋ ਮੇਰੇ ਕਹਿਣਾ ਪਹਿਲੀ ਆਪਸ਼ਨ ਹੈ ਸੋ ਪਹਿਲੀ ਆਪਸ਼ਨ ਆਪਣਾ ਸਹੀ ਆਨਸਰ ਹੈ ਆਪਸ਼ਨ A ਇਜ਼ ਅ ਕਰੈਕਟ ਆਨਸਰ ਫਾਰ ਕੁਐਸਚਨ ਨੰਬਰ 76 ਜੋ ਕਿ ਪੀਐਸਟੈਟ 2023 ਪੇਪਰ 1 ਚ ਆਇਆ ਹੋਇਆ ਕੁਐਸਚਨ ਹੈ ਹੁਣ ਤੁਹਾਨੂੰ ਆਪਣਾ ਪਤਾ ਲੱਗ ਜਾਊਗਾ ਕਿ ਮੈਂ ਕੋਈ ਜ਼ਿਆਦਾ ਡਿਫਿਕਲਟ ਲੈਵਲ ਤੁਹਾਨੂੰ ਨਹੀਂ ਕਰਵਾ ਰਿਹਾ ਇੰਨੇ ਕੁ ਡਿਫਿਕਲਟ ਲੈਵਲ ਦੀ ਤੁਸੀਂ ਉਮੀਦ ਰੱਖ ਸਕਦੇ ਹੋ ਅਗਰ ਪਹਿਲਾਂ ਆਇਆਗਾ ਮੈਂ ਤਾਂ ਫਿਰ ਵੀ ਬਹੁਤ ਜ਼ਿਆਦਾ ਹੇਠ ਤੱਕ ਤੁਹਾਨੂੰ ਬੇਸਿਕ ਹੀ ਕਰਵਾ ਰਿਹਾ ਅੰਗਲਜਬਰਾ ਹਾਂਜੀ ਇੱਕ ਹੋਰ ਸਵਾਲ ਕਰ ਲੈਨੇ ਆਪਾਂ ਲਾਸਟ ਕੁਐਸਚਨ ਆਪਣਾ ਅੱਜ ਦਾ ਇਹ ਵੀ ਆਪਾਂ ਨੂੰ 2023 ਪੇਪਰ 1 ਦੇ ਵਿੱਚ ਹੀ ਆਇਆ ਹੋਇਆ ਕੁਐਸਚਨ ਹੈ ਇਹਨੂੰ ਵੀ ਤੁਸੀਂ ਇੱਕ ਵਾਰ ਦੇਖ ਲਓ ਇਹ ਵੀ ਕੁਛ ਇਦਾਂ ਦੀ ਕੁਐਸਚਨ ਹੈ ਭਾਗ ਵਾਲਾ ਕੁਐਸਚਨ ਹੈ ਡਿਵੀਜ਼ਨ ਵਾਲਾ ਕਹਿੰਦਾ ਜਦੋਂ ਇੱਥੋਂ ਪੜ੍ਹ ਲੈਨੇ ਪੰਜਾਬੀ ਦੇ ਵਿੱਚ ਕਿਹੜੀ-ਕਿਹੜੀ ਰਕਮ ਦਿੱਤੀ ਹੋਈ ਆਪਾਂ ਨੂੰ ਦੇਖੋ x ਦੀ 3 ax ਦੀ 2 ਠੀਕ ਹੈ ਜੀ ਜੋੜ 2 6x a ਕਹਿੰਦਾ ਜਦੋਂ a ਵਾਲੀ ਰਕਮ ਨੂੰ ਕਿਹਦੇ ਨਾਲ ਭਾਗ ਕੀਤਾ ਜਾਂਦਾ ਹੈ ਭਾਗ ਕਰਕੇ ਦੇਖਦੇ ਆਪਾਂ ਇਦਾਂ ਭਾਗ ਕੀਤਾ ਜਾਂਦਾ ਹੈ x a ਦੇ ਨਾਲ ਤਾਂ ਬਾਕੀ ਕੀ ਬਚਦਾ ਠੀਕ ਹੈ ਜੀ ਬਾਕੀ ਕੀ ਵੱਜਦਾ ਜਦੋਂ ਇਹ ਵਾਲੀ ਵੱਡੀ ਜੀ ਰਕਮ ਨੂੰ x a ਦੇ ਨਾਲ ਭਾਗ ਕੀਤਾ ਜਾਂਦਾ ਹੈ ਹੁਣ ਤੁਸੀਂ ਖੁਦ ਇੱਥੇ ਲੈਵਲ ਆਪਣੇ ਆਪ ਚੈੱਕ ਕਰ ਸਕਦੇ ਹੋ ਦੇਖੋ ਹਨਾ ਇਹ ਤਾਂ ਬਹੁਤ ਜ਼ਿਆਦਾ ਪਤਾ ਨਹੀਂ ਕਿੱਥੋਂ ਕੁਐਸਚਨ ਪਾ ਰੱਖੇ ਨੇ ਤਾਂ ਬਹੁਤ ਜ਼ਿਆਦਾ ਡਿਫਿਕਲਟ ਲੈਵਲ ਹੈਗਾ ਹਾਲਾਂਕਿ ਸਿੰਪਲ ਸਿੰਪਲ ਭਾਗ ਤਾਂ ਆਪਾਂ ਸਿੱਖੀ ਵੀ ਹੋਈ ਹੈ ਹੁਣ ਦੇਖੋ ਧਿਆਨ ਨਾਲ ਹੁਣ ਭਾਗ ਕਰਕੇ ਦੇਖਦੇ ਆਂ ਆਪਾਂ ਕੀ ਬਚੂਗਾ ਤਾਂ x a ਪਹਿਲੀ ਰਕਮ ਦੇਖਿਆ ਕਰੋ ਕੀ ਹੈ ਇੱਥੇ ਪਹਿਲਾਂ ਹੈਗਾ x3 ਸੋ ਆਪਾਂ x3 ਬਣਾਉਣਾ ਹੈਗਾ ਉਦੇ ਲਈ x/a ਨੂੰ ਮੈਨੂੰ ਕਿਸੇ ਰਕਮ ਨਾਲ ਗੁਣਾ ਕਰਨੀ ਪੈਣੀ ਆ ਕਿ ਅੱਗੇ x ਦੀ ਘਾਤ 3 ਬਣ ਜੇ ਠੀਕ ਹੈ ਜੀ ਤਾਂ ਉਹ ਮੈਂ x ਦੀ 2 ਨਾਲ ਗੁਣਾ ਕਰੂੰਗਾ ਕਿਉਂ ਕਿ ਜਦੋਂ ਦੇਖੋ ਇਹ ਉਹੀ ਚੀਜ਼ ਆ ਗਈ ਜਿਹੜੀ ਮੈਂ ਤੁਹਾਨੂੰ ਹੁਣ ਸਮਝਾ ਕੇ ਆਇਆ ਆ ਇਹ x ਦੀ ਘਾਤ 2 ਬਰੈਕਟ ਦੇ ਅੰਦਰ ਆਊਗੀ ਪਹਿਲਾਂ ਬਰੈਕਟ ਦੇ ਅੰਦਰ ਆ ਕੇ ਕਿਹਦੇ ਨਾਲ ਗੁਣਾ ਹੋਊਗੀ ਇਹ x ਦੇ ਨਾਲ ਫਿਰ ਵਿਚਾਲੇ ਮਾਈਨਸ ਹੈ ਫਿਰ ਕਿਹਦੇ ਨਾਲ ਗੁਣਾ ਹੋਊਗੀ a ਦੇ ਨਾਲ ਜਿਹੜੀ ਕਨਸੈਪਟ ਆਪਾਂ ਹੁਣ ਪੜ੍ਹ ਕੇ ਆਏ ਆ ਉਹੀ ਕਨਸੈਪਟ ਹੈ ਇਹ ਤਾਂ ਕੀ ਬਣ ਗਿਆ ਦੇਖੋ x ਦੀ ਘਾਤ ਕੁਝ ਵੀ ਨਹੀਂ ਇਹਦਾ ਮਤਲਬ 1 ਹੈ ਤਾਂ ਅੱਗੇ ਦੂਵੇ ਤਾਂ x ਦੀ ਘਾਤ 3 ਹੋ ਗਈ ਇਹ ਠੀਕ ਹੈ ਦੇਖੋ ਇਹ ਮੈਂ ਘਾਤਾਂ ਦੇ ਵੀ ਤੁਹਾਨੂੰ ਪੜ੍ਹਾਉਂਗਾ ਵੀ ਬਾਅਦ ਦੇ ਵਿੱਚ ਥੋੜੇ ਘਾਤਾਂ ਦਾ ਟੌਪਿਕ ਵੀ ਹੈ ਜਦੋਂ ਇਦਾਂ ਆਧਾਰ ਇੱਕ ਹੋਵੇ ਨਾ ਤਾਂ ਘਾਤਾਂ ਜੋੜ ਦੋ ਮਤਲਬ ਇੱਥੇ ਵੀ x ਐ ਇੱਥੇ ਵੀ x ਐ ਵਿੱਚ ਗੁਣਾ ਗਈ ਠੀਕ ਹੈ ਜੀ ਮੈਂ ਵੀ ਆਪਾਂ ਨਹੀਂ ਅਗਲੀ ਕਲਾਸ ਹੀ ਮੈਂ ਲੈ ਆਵਾਂ ਘਾਤ ਤੇ ਘਾਤ ਅੰਕ ਬਾਰੇ ਤਾਂ ਉੱਥੇ ਤੁਹਾਨੂੰ ਡਿਟੇਲ ਚ ਪਤਾ ਲੱਗ ਜਾਊਗਾ ਤਾਂ ਜੇ ਵਿੱਚ ਗੁਣਾ ਦਾ ਨਿਸ਼ਾਨ ਹੈ ਤੇ ਦੋਨੇ ਇੱਕੋ ਹੀ ਚੀਜ਼ ਹੈ ਇੱਕੋ ਹੀ ਚੱਲ ਹੈ ਤਾਂ ਆਪਾਂ ਦੋਨਾਂ 'ਚ ਇੱਕ ਰੱਖ ਲਓ ਤੇ ਘਾਤਾਂ ਨੂੰ ਜੋੜ ਕੇ ਉਹਦੇ ਉੱਤੇ ਲਿਖ ਦਿਓ ਠੀਕ ਹੈ ਜੀ ਐਂ ਹੁੰਦਾ ਇਹ -ax2 ਸੋ ਇਹਦਾ ਮਤਲਬ ਐਕਸ ਕਟਾਓ a ਨੂੰ ਮੈਂ x ਦੀ 2 ਨਾਲ ਗੁਣਾ ਕੀਤੀ ਜਿਹਦੇ ਨਾਲ ਗੁਣਾ ਕੀਤੀ ਉਹ ਉੱਤੇ ਲਿਖ ਦੋ ਤੇ ਦੋਨਾਂ ਦੀ ਗੁਣਾ ਕਰਕੇ ਇਹ ਦੀ ਤੇ ਇਹ ਦੀ ਜੋ ਉੱਪਰ ਲਿਖਿਆ ਕਿੰਨਾ ਆ ਗਿਆ ਐਨਾ ਉਹ ਥੱਲੇ ਲਿਖ ਦੋ x ਦੀ 3 ਠੀਕ ਹੈ ax ਦੀ 2 ਠੀਕ ਹੈ ਜੀ ਉਹ ਨੀਚੇ ਲਿਖ ਦੋ ਉਸ ਤੋਂ ਬਾਅਦ ਹਮੇਸ਼ਾ ਅਸੀਂ ਘਟਾਉਣੇ ਹੁੰਦੇ ਆ ਘਟਾਓ ਦਾ ਨਿਸ਼ਾਨ ਪਾ ਦੋ ਅੱਗੇ ਜਦੋਂ ਤੁਸੀਂ ਅੱਗੇ ਘਟਾਓ ਦਾ ਨਿਸ਼ਾਨ ਪਾਉਣੇ ਹੋ ਠੀਕ ਹੈ ਉਸ ਤੋਂ ਬਾਅਦ ਆਪਣੀ ਲਾਸਟ ਅਲਜਬ੍ਰਿਕ ਕਾਲੀ ਕਲਾਸ ਦੇ ਵਿੱਚ ਵੀ ਗੱਲ ਹੋਈ ਸੀ ਤਾਂ ਉਸ ਤੋਂ ਬਾਅਦ ਅਗਲੇ ਨਿਸ਼ਾਨ ਬਦਲ ਜਾਂਦੇ ਨੇ ਅਗਲੇ ਨਿਸ਼ਾਨ ਬਦਲ ਜਾਂਦੇ ਨੇ ਇਹ ਨਿਸ਼ਾਨ ਘਟਾਓ ਦਾ ਸੀ ਤਾਂ ਕਾਹਦਾ ਹੋਊਗਾ ਜੋੜ ਦਾ ਹੋਊਗਾ ਹੁਣ ਦੇਖੋ ਆ ਐਕਸ ਦੀ 3 ਜੋੜ ਦਾ ਉੱਪਰ ਲਾ ਜੋ ਰੈੱਡ ਦੇ ਵਿੱਚ ਲਿਖਿਆ ਹੋਇਆ ਹੈ ਨਾ ਤਾਂ ਜੋੜ ਦਾ ਹੈਗਾ ਤੁਹਾਨੂੰ ਪਤਾ ਹੈ ਸਭ ਨੂੰ ਤਾਂ ਥੱਲੇ ਵਾਲਾ ਘਟਾਓ ਦਾ ਤਾਂ ਆਪਸ ਚ ਕੱਟੇ ਗਏ ਜੀ ਆ ਐਕਸ ਦੀ ਕਾ 2 ਘਟਾਓ ਦਾ ਥੱਲੇ ਵਾਲਾ ਜੋੜ ਦਾ ਹੋ ਗਿਆ ਇਹ ਵੀ ਕੱਟੇ ਗਏ ਕੁਝ ਵੀ ਨਹੀਂ ਬਚਿਆ ਸਾਡੇ ਕੋਲੇ ਠੀਕ ਹੈ ਜੇ ਕੁਝ ਵੀ ਨਾ ਬਚੇ ਉਸ ਤੋਂ ਅਗਲੀ ਰਕਮ ਤਾਰ ਲਓ ਅਗਲੀ ਰਕਮ ਕੀ ਹੈ 6x -a ਠੀਕ ਹੈ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ ਜਿੰਨਾ ਕਿ ਮੈਂ ਹੁਣ ਤੱਕ ਕਰਵਾਇਆਗਾ ਸੋ ਇਦਾਂ ਦੀ ਡਿਵੀਜ਼ਨ ਆਪਾਂ ਨੂੰ ਕੁਛ ਇਦਾਂ ਕਰਨੀ ਪਊਗੀ ਹਾਲਾਂਕਿ ਇਹ ਟਾਪ ਲੈਵਲ ਦੀ ਡਿਵੀਜ਼ਨ ਹੈ ਜੀ ਠੀਕ ਹੈ ਬੀ ਅਲਜੈਬਰਿਕ ਐਕਸਪ੍ਰੈਸ਼ਨ ਨੂੰ ਅਗਰ ਮੈਂ ਜੋੜ ਘਟਾਓ ਗੁਣਾ ਭਾਗ ਦੇ ਵਿੱਚ ਕੈਟੇਗੋਰਾਇਜ਼ ਕਰਾਂ ਤਾਂ ਮੈਂ ਕਹਿ ਸਕਦਾ ਕਿ ਬਹੁਤ ਹੀ ਜ਼ਿਆਦਾ ਹਾਈਐਸਟ ਲੈਵਲ ਦਾ ਭਾਗ ਹੈ ਕਿਉਂਕਿ 75ਵੇਂ ਕੁਐਸਚਨ ਦੇ ਵਿੱਚ ਵੀ ਤਾਂ ਅਸੀਂ ਭਾਗ ਕੀਤੀ ਸੀ ਨਾ ਡਿਵੀਜ਼ਨ ਕੀਤੀ ਸੀ ਉਹ ਸੌਖੀ ਸੀ ਬਟ ਇਹ ਥੋੜੀ ਜਿਹਾ ਜ਼ਿਆਦਾ ਔਖੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਇਹ ਵੀ ਪੁੱਛ ਲਿਆ ਕਿ ਬਚਦਾ ਕੀ ਹੈ ਰਿਮਾਈਂਡਰ ਕੀ ਹੈ ਪਰ ਉਹ ਡਾਇਰੈਕਟੋ ਪੁੱਛ ਲਿਆ ਹੋਪਫੁਲੀ ਇੱਥੇ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਹੁਣ ਦੇਖੋ ਹੁਣ ਆਪਾਂ ਬਣਾਉਣਾ 6x ਘਟਾਓ a ਮਤਲਬ 6x ਬਣਾਉਣਾ ਇੱਦਾਂ ਦੇਖੋ ਪਹਿਲੀ ਜੋ ਰਕਮ ਹੁੰਦੀ ਹੈ ਉਹ ਬਣਾਉਣੀ ਆਪਾਂ ਆਪਾਂ 6x ਬਣਾਉਣਾ ਤਾਂ ਮੈਂ x ਘਟਾਓ 2 ਨੂੰ ਕਿੰਨੇ ਨਾਲ ਗੁਣਾ ਕਰਾਂ x ਘਟਾਓ a 2 ਨਹੀਂ a ਇਹਨੂੰ ਮੈਂ ਕਿੰਨੇ ਨਾਲ ਗੁਣਾ ਕਰਾਂ ਕਿ 6x ਬਣ ਜੇ ਤਾਂ ਮੈਨੂੰ 6 ਨਾਲ ਕਰਨੀ ਪੈਣੀ ਆ ਦੇਖੋ ਕਿਉਂਕਿ ਫੇਰ ਹੀ 6x ਨਾਲ ਗੁਣਾ ਹੋਊਗਾ ਨਾ ਜਦੋਂ 6 ਬ੍ਰੈਕਟ ਦੇ ਅੰਦਰ ਜਾਊਗਾ ਪਹਿਲਾਂ x ਨਾਲ ਗੁਣਾ ਹੋ ਗਿਆ ਫਿਰ -a ਦੇ ਨਾਲ ਗੁਣਾ ਹੋ ਗਿਆ ਤਾਂ 6 x ਕਿੰਨਾ ਆ ਗਿਆ ਜੀ 6x 6a ਇਦਾਂ ਤਾਂ 6 ਦੇ ਨਾਲ ਗੁਣਾ ਕਰਨੀ ਪੈਣੀ ਆ ਤਾਂ 6 ਵੀ ਜੋੜਦਾ ਹੋਣਾ ਚਾਹੀਦਾ ਉਹ ਤਾਂ ਜਿਹਦੇ ਨਾਲ ਗੁਣਾ ਕੀਤੀ ਉਹਨੂੰ ਉੱਤੇ ਲਿਖ ਦਿਓ ਠੀਕ ਹੈ ਜੋੜ ਦਾ ਨਿਸ਼ਾਨ ਪਾਤਾ ਇੱਥੇ ਵੀ ਜੋੜਦਾ ਵੈਸੇ ਵੀ ਜੋੜਦਾ ਉਹਨੂੰ ਉੱਤੇ ਲਿਖਤਾ ਤੇ x a ਦੀ 6 ਨਾਲ ਗੁਣਾ ਕਰਕੇ ਕਿਉਂਕਿ ਜੋੜ ਦੇ 6 ਨਾਲ ਗੁਣਾ ਕੀਤੀ ਹੈ ਕੀ ਆ ਗਿਆ ਮੇਰੇ ਕੋਲੇ ਆ ਆ ਗਿਆ ਉਹਨੂੰ ਲਿਖ ਦਿਓ ਕਿੰਨਾ ਆ ਗਿਆ 6x ਘਟਾਓ 6a 6x ਘਟਾਓ 6a ਆ ਗਿਆ ਹੁਣ ਉਹੀ ਘਟਾਓ ਕਰਨੀ ਹੁੰਦੀ ਹੈ ਇੱਥੇ ਘਟਾਓ ਦਾ ਨਿਸ਼ਾਨ ਆ ਗਿਆ ਜਿੱਦੋਂ ਇੱਥੇ ਘਟਾਓ ਦਾ ਆ ਗਿਆ ਤਾਂ ਨਿਸ਼ਾਨ ਜੋੜ ਦਾ ਹੋ ਜਾਊਗਾ ਆਪਾਂ ਕੀਤਾ ਹੋਇਆ ਹੁਣ 6x ਨਾਲ 6x ਕੱਟਿਆ ਗਿਆ ਹੁਣ ਉੱਪਰ a ਹੈ ਧਿਆਨ ਦਿਓ ਉੱਪਰ a ਹੈ ਠੀਕ ਹੈ ਥੱਲੇ 6a ਹੈ 6a ਜੋੜਦਾਗਾ a ਘਟਾਓ ਦਾ a ਦਾ ਮਤਲਬ 1a ਹੈ ਕੱਲਾ a ਹੈ ਠੀਕ ਹੈ ਐ ਸਮਝ ਲਓ ਕੱਲਾ a ਹੈ ਤਾਂ 6 ਦੇ ਵਿੱਚੋਂ 1a ਕੱਢਿਆ ਤਾਂ ਕਿੰਨਾ ਰਹਿ ਗਿਆ ਜੀ 5a 6a ਦੇ ਵਿੱਚੋਂ 1a ਕੱਢਿਆ ਕਿਉਂਕਿ ਇੱਕ ਜੋੜ ਦਾ ਦੂਜਾ ਘਟਾਓ ਦਾ ਘਟਾਓ ਹੋਊਗੀ 6 ਦੇ ਵਿੱਚੋਂ 5a ਕੱਢਿਆ 1a ਕੱਢਿਆ ਤਾਂ 5a ਆ ਗਿਆ ਹੁਣ 5a ਕਾਦਾ ਹੋਊਗਾ ਜੋ ਵੱਡੀ ਰਕਮ ਹੈ ਜੋ ਉਹਦੇ ਅੱਗੇ ਨਿਸ਼ਾਨ ਹੈ 6 ਵੱਡੀ ਹੈ 6 ਦੇ ਅੱਗੇ ਜੋੜ ਦਾ ਨਿਸ਼ਾਨ ਹੈ ਤਾਂ 5a ਕਾਦਾ ਹੋਊਗਾ ਜੋੜ ਦਾ ਕਹਿ ਲਓ ਕੱਲਾ 5a ਸਾਡਾ ਉੱਤਰ ਆ ਗਿਆ ਹੁਣ ਦੇਖੋ 5a ਕਿੱਥੇ ਆਪਸ਼ਨ D ਦੇ ਵਿੱਚ ਪਿਆ ਸੋ ਹੁਣ ਦੇਖੋ ਤੁਸੀਂ ਆਪਣੇ ਆਪ ਸਵਾਲਾਂ ਦਾ ਲੈਵਲ ਚੈੱਕ ਕਰੋ ਮੇਰੇ ਅਕੋਰਡਿੰਗ ਤਾਂ ਭਾਈ ਇਹ ਬਹੁਤ ਜ਼ਿਆਦਾ ਡਿਫਿਕਲਟ ਲੈਵਲ ਸੀਗਾ ਪੇਪਰ 1 ਦੇ ਬੱਚਿਆਂ ਲਈ ਚਲੋ ਪੇਪਰ 2 ਚ ਪਾਸ ਸਕਦੇ ਹਾਂ ਪੇਪਰ 2 ਵਾਲੇ ਵੀ ਇਹਨੂੰ ਡਿਫਿਕਲਟ ਹੀ ਮੰਨਦੇ ਲੈਵਲ 3 ਦਾ ਪੇਪਰ ਮੰਨਦੇ ਅ ਪਰ ਇਹਨਾਂ ਕਾਪਾ ਨੂੰ ਦੇਖੋ ਕਰਨਾ ਪੈਣਾ ਕਿਉਂਕਿ ਆਪਣਾ ਟਾਰਗੇਟ ਹੈ ਪੇਪਰ ਕਲੀਅਰ ਕਰਨਾ ਆਪਾਂ ਕੋਈ ਕਲੇਮ ਨਹੀਂ ਕਰ ਸਕਦੇ ਕਿ ਪੇਪਰ ਕਿੱਥੋਂ ਆ ਗਿਆ ਬਾਹਰੋਂ ਆ ਗਿਆ ਇਸ ਤਰੀਕੇ ਨਾਲ ਆ ਗਿਆ ਕਿਉਂਕਿ ਉਹ ਆਪਾਂ ਨੂੰ ਪਤਾ ਹੈ ਕਿ ਪੀਐਸਟੈਟ ਦੇ ਪੇਪਰ ਦਾ ਇਤਿਹਾਸ ਹੀ ਰਿਹਾਗਾ ਹਿਸਟਰੀ ਹੀ ਰਹੀ ਹੈ ਕਿ ਜੋ ਸਿਲੇਬਸ ਆਪਾਂ ਨੂੰ ਦੇ ਦਿੰਦੇ ਨੇ ਇਹ ਠੀਕ ਹੈ ਉਤੋਂ ਤਾਂ ਪਤਾ ਨਹੀਂ ਕਿੱਥੋਂ ਪਾ ਦਿੰਦੇ ਨੇ ਬਹੁਤ ਅੱਗੇ ਪਿੱਛੇ ਪਾਉਂਦੇ ਨੇ ਤਾਂ ਉਹ ਪਹਿਲਾਂ ਤਾਂ ਆਪਾਂ ਨੂੰ ਪકડਣਾ ਪੈਂਦਾ ਕਿ ਕਿੱਥੋਂ ਪੇਪਰ ਆ ਰਿ ਠੀਕ ਹੈ ਤੇ ਫਿਰ ਉਹਦੇ ਅਕੋਰਡਿੰਗ ਆਪਾਂ ਨੂੰ ਤਿਆਰੀ ਕਰਨੀ ਪੈਂਦੀ ਹੈ ਹਾਲਾਂਕਿ ਸੀਟੈਟ ਦੇ ਵਿੱਚ ਠੀਕ ਹੈ ਜੀ ਜੋ ਸਿਲੇਬਸ ਉਹ ਦਿੰਦੇ ਨੇ ਉਹਦੇ ਅਕੋਰਡਿੰਗ ਹੀ ਪਾਉਂਦੇ ਨੇ ਬਟ ਪੀਐਸਟੈਟ ਦੇ ਵਿੱਚ ਇਦਾਂ ਨਹੀਂ ਹੁੰਦਾ ਸੋ 360 ਡਿਗਰੀ ਘੁੰਮ ਕੇ ਜਿਹੜੇ ਹੈਗਾ ਆਪਾਂ ਨੂੰ ਪ੍ਰੋਪਰ ਵੇ ਦੇ ਨਾਲ ਪੇਪਰ ਦੀ ਤਿਆਰੀ ਕਰਨੀ ਪੈਂਦੀ ਹੈ ਸੋ ਹੋਪਫੁਲੀ ਤੁਹਾਨੂੰ ਕਲਾਸ ਸਮਝ ਆਈ ਹੋਊਗੀ ਥੋੜੀ ਡਿਫਿਕਲਟ ਜਰੂਰ ਸੀਗੀ ਠੀਕ ਹੈ ਹੋ ਸਕਦਾ ਕੁਝ ਬੱਚੇ ਨੂੰ ਨਾ ਆਈ ਹੋਵੇ ਤਾਂ ਤੁਸੀਂ ਵਾਪਸ ਰਿਮਾਈਂਡ ਕਰਕੇ ਵੀਡੀਓ ਦੇਖ ਸਕਦੇ ਹੋ ਸੋ ਇਹਦੇ ਵਿੱਚ ਵੀ ਆਪਾਂ 2023 ਵਾਲੇ ਦੋ ਕੁਐਸਚਨ ਡਿਸਕਸ ਕੀਤੇ ਜੋ ਕਿ ਕਾਫੀ ਹਾਈ ਲੈਵਲ ਦੇ ਅਕੋਰਡਿੰਗ ਅਗਰ ਆਪਾਂ ਦੇਖੀਏ ਸੋ ਕਲਾਸ ਵਧੀਆ ਲੱਗੀ ਤਾਂ ਜਰੂਰ ਇਹਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਹੋ ਤਾਂ ਜਰੂਰ ਕਰ ਦਿਓ ਜੀ ਅਤੇ ਇਹ ਪਾਰਟ ਦੇਖਣ ਦੇ ਨਾਲ ਅਗਰ ਤੁਸੀਂ ਇਹ ਦੇਖ ਲਿਆ ਨਾ ਪਹਿਲਾਂ ਪਹਿਲਾ ਅਲਜਬ੍ਰਿਕ ਐਕਸਪ੍ਰੈਸ਼ਨ ਵਾਲਾ ਆਪਣਾ ਦੂਸਰਾ ਪਾਰਟ ਵੀ ਦੇਖੋ ਤਾਂ ਉਹਦੇ ਨਾਲ ਆਪਣਾ ਪ੍ਰੋਪਰ ਵੀ ਨਾ ਤਿਆਰ ਹੋ ਜਾਊਗਾ ਤੇ ਇਹ ਪੇਪਰ 2 ਲਈ ਵੀ ਪੂਰੇ ਦਾ ਪੂਰਾ ਵੈਲਿਡ ਹੈ ਜੀ ਠੀਕ ਹੈ ਪੇਪਰ 2 ਵਾਲੇ ਬੱਚੇ ਵੀ ਅਲਜਬ੍ਰਿਕ ਐਕਸਪ੍ਰੈਸ਼ਨ ਦੀ ਅਲਜਬ੍ਰਿਕ ਆਈਡੈਂਟੀਟੀ ਦੀ ਇਥੇ ਤਿਆਰੀ ਕਰ ਸਕਦੇ ਹੋ ਸੋ ਆਪ ਇਸ ਫ੍ਰੀ ਐਜੂਕੇਸ਼ਨ ਨੂੰ ਇਕ ਵੀ ਗੱਲ ਕਹਿਣਾ ਹੋਣਾ ਕਿ ਆਪਣੇ ਵੱਦ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਕਰੋ ਤਾਂ ਕਿ ਵੱਦ ਤੋਂ ਵੱਧ ਬੱਚੇ 1 ਦਸੰਬਰ ਵਾਲਾ ਆਪਣਾ ਪੀਐਸਟ ਦਾ ਐਗਜ਼ਾਮ ਕ੍ਰੈਕ ਕਰ ਸਕਣ ਸੋ ਦੈਟਸ ਆਲ ਫॉर ਟੂਡੇ ਸੋ ਥੈਂਕ ਯੂ ਜੀ ਥੈਂਕ ਯੂ so much for watching